ਜੋ ਤੁਸੀਂ ਇਹ ਜਾ ਕੇ ਦਾਵਾ ਕਰਦੇ ਹੋ ਕਿ ਪੰਜਾਬ ਦਾ ਬਚਪਨ ਮਰ ਰਿਹਾ ਨੌਜਵਾਨ ਮਰਦੇ ਪਏ ਕੋਈ ਮਨ ਨੂੰ ਤਿਆਰ ਕੋ ਪੰਜਾਬ ਹੀ ਨਹੀਂ ਮਰ ਰਿਹਾ ਪੰਜਾਬ ਦੇ ਬੱਚੇ ਹੀ ਨਹੀਂ ਮਰ ਰਹੇ ਤੁਸੀਂ ਕੋ ਪੰਜਾਬ ਮਰ ਰਿਹਾ ਇੱਕ ਹੋਰ ਸਿੰਧੂ ਘਾਟੀ ਦੀ ਸੱਭਿਅਤਾ ਬਣਨ ਜਾ ਰਿਹਾ ਹੈ ਮੈਨੂੰ ਇਹ ਹਾਲਾਤ ਤੁਸੀਂ ਸਾਨੂੰ ਡਰਾ ਰਹੇ ਹੋ ਪੰਜਾਬ ਚ ਰਹਿਣਾ ਨਹੀਂ ਚਾਹੀਦਾ ਬੰਦਾ ਜਿਉਂਦਾ ਕਿਸ ਵੇਸ ਤੇ ਹੈ ਪਾਣੀ ਦੇ ਵੇਸ ਤੇ ਨਾ ਕਿ ਪਾਣੀ ਸੇਫ ਪਾਣੀ ਕਿੰਨਾ ਪੀਣਾ ਚਾਹੀਦਾ ਟੀਡੀਐਸ 150 ਤੋਂ ਉੱਪਰ ਨਹੀਂ ਹੋਣਾ ਚਾਹੀਦਾ ਸਾਡਾ 10000 ਤੋਂ ਟੱਪਿਆ ਪਿਆ ਸਾਨੂੰ ਆਰੋ ਕੰਪਨੀਆਂ ਆਰੋ ਨਹੀਂ ਦਿੰਦੀਆਂ ਨੇ ਤੁਸੀਂ ਤਾਂ ਪੂਰੇ ਖੇਤੀ ਸੈਕਟਰ ਨੂੰ ਕਟਾਰੇ 'ਚ ਖੜਾ ਕਰਤਾ ਇਹਦੇ ਲਈ ਇਹਦੇ ਲਈ ਕਿਸਾਨ ਕੀ ਕਰੇ ਦੋਸਤ ਹਰ ਚੀਜ਼ ਦਾ ਬਲੇਮ ਉਸ ਕਿਸਾਨ ਨੂੰ ਕਰ ਰਹੇ ਹੋ ਉਹ ਸਪਰਿਆਂ ਆ ਜਿਆਦਾ ਸੜਦਾ ਕਿਉਂ ਨੇ ਫੈਕਟਰੀ ਘਰੇ ਲਾਈ ਆ ਉਹ ਅਸੀਂ ਇੱਕ ਐਵਰੇਜ ਗੱਡੀ ਕੁਝ ਪਿੰਡਾਂ ਦੀ ਗੇਟ ਖੋਲਿਆ ਤਿੰਨ ਬੱਚੇ ਬੈਠੇ ਨੇ ਤਿੰਨਾਂ ਨੂੰ ਇੱਕ ਨੂੰ ਸੰਗਲ ਪਾਇਆ ਹੋਇਆ ਇੱਕ ਨੂੰ ਵੈਸੇ ਬਿਠਾਇਆ ਹੋਇਆ ਇੱਕ ਨੂੰ ਮੈਂ ਪੁੱਛਿਆ ਦੀ ਮਾਂ ਕਿਥੇ ਕਹਿੰਦੇ ਕੈਂਸਰ ਨਾਲ ਮਰ ਗਈ ਤੇ ਸਰਕਾਰਾਂ ਤੇ ਕਹਿੰਦੀਆਂ ਅਸੀਂ ਮਦਦ ਕਰਦੇ ਪਿਆ ਜਿਹੜੇ ਜਨਾਬ ਜੇ ਸਾਡਾ ਹੈਂਡੀਕੈਪ ਸਰਟੀਫਿਕੇਟ ਰੋਣਾ ਪਵੇ ਨਾ ਸਾਨੂੰ ਅਸੇ ਪਹਿਲਾਂ ਬੋਰ ਆਉਣਾ ਪੂਆ ਪਿੰਡ ਤੋਂ ਚੱਲ ਕੇ ਉਸ ਬੰਦੇ ਨੂੰ ਉਹ ਬੋਰ ਵਾਲੇ ਫਾਈਲ ਕਾ ਭੇਜਣਗੇ ਫਾਈਲ ਕਾ ਜਲਾਲਾਬਾਦੇ ਭੇਜਣਗੇ ਫਿਰ ਫਿਰੋਜ਼ਪੁਰ ਫ੍ਰੀ ਕੋਟ ਜਾਊਗਾ ਫ੍ਰੀ ਕੋਟ ਨੂੰ ਡੇਟ ਮਿਲੂਗੀ ਉਸ ਦਿਨ ਬੋਰਡ ਦੇ ਤਿੰਨ ਡਾਕਟਰ ਐਬਸੈਂਟ ਹੋਣਗੇ ਇਸ ਚੱਕਰ ਚੋਂ ਕਹਿੰਦਾ ਬਸ ਉਹ ਬਣ ਗਿਆ ਸਾਡਾ ਸਰਟੀਫਿਕੇਟ ਔਰ ਪੰਜਾਬ ਸਰਕਾਰ ਕੋਲੇ ਇੱਕ ਵੀ ਰੀਹ ਸਰਕਾਰੀ ਸੈਂਟਰ ਕੋਈ ਨਹੀਂ ਸਰਕਾਰੀ ਸੈਂਟਰ ਨਹੀਂ ਹੈ ਅਰ ਯੂ ਸ਼ੋਰ ਸ਼ੋਰ ਜਦੋਂ ਇਹ ਨੀਤੀ ਘੜੇ ਤੁਹਾਨੂੰ ਸੁਣਨ ਲੱਗੇ ਉਹ ਕਹਿਣਗੇ ਆਪ ਦਾ ਸੈਂਟਰ ਚਲਾਉਣ ਲਈਏ ਸਾਨੂੰ ਭੰਡ ਸਾਡੇ ਦੋ ਮੁਕੋਟੇ ਨਹੀਂ ਇੱਕ ਪਾਸੇ ਅਸੀਂ ਕਈੇ ਸੇਵਾ ਕਰਦੇ ਆਂ ਇੱਕ ਪਾਸੇ ਕੰਮ ਕਰਦੇ ਅਸੀਂ ਕੰਮ ਕਰਦੇ ਅਸੀਂ ਕਿਉਂ ਕਰੀਏ ਫਰੀ ਇਹ ਸਾਡੀ ਡਿਊਟੀ ਹੈ ਡਾਟ ਪ੍ਰਿੰਸੀਪਲ ਮੈਂ ਬਹੁਤ ਇੰਟਰਸਟ ਕੀਤਾ ਹਾਂ ਹੁਣ ਇਕੱਲਰ ਪਰ ਜਿੰਨਾ ਦਰਦ ਤੁਸੀਂ ਅੱਜ ਮੈਨੂੰ ਦਿੱਤਾ ਹੈ ਸ਼ਾਇਦ ਮੈਨੂੰ ਇਹਨਾਂ ਦਾ ਦਰਦ ਕੱਢਣ ਉਤਨੀ ਮਾਮਾ ਇਸ ਤੋਂ ਜ਼ਿਆਦਾ ਲਈ ਬੈਠੀਆਂ ਨੇ ਉਹ ਇਹ ਕਹਿ ਰਹੀਆਂ ਨੇ ਕਿ ਸਾਡੇ ਮਰਨ ਤੋਂ ਪਹਿਲਾਂ ਸਾਡੇ ਬੱਚੇ ਮਰ ਜਾਣ ਕੋਈ ਅਸੀ ਮਾਂ ਹੈ ਕੋਈ بولਦਾ ਤਾਂ ਕੰਮ ਕਰਨਾ ਪਊਗਾ ਨਾ ਤੁਸੀਂ ਜੇ ਸਰਕਾਰਾਂ ਤੁਹਾਡੇ ਤੱਕ ਪਹੁੰਚ ਨਹੀਂ ਕਰ ਰਹੀਆਂ ਤੁਸੀਂ ਪਹੁੰਚ ਕਰ ਲੋ ਮੈਂ ਕੋਸ ਡਰਉਣ ਦਾ ਸ਼ੀਸ਼ੇ ਹਾਂ ਡਾਕਟਰ ਹਮਰ ਸਿੰਘ ਯਾਦ ਤੁਹਾਨੂੰ ਡਰ ਨਹੀਂ ਲੱਗਦਾ ਉਹਨਾਂ ਤੇ ਬੜੇ ਪਰਚੇ ਹੋਏ ਆ ਤੁਹਾਡੇ ਤੇ ਵੀ ਹੋਏ ਆ ਤੁਹਾਡੀ ਗੱਲ ਬਾਤ ਸੁਣ ਕੇ ਮਿਸਟਰ ਮਾਨਤਨ ਬਰਉਣਗੇ ਜਾਓਗੇ ਗੱਲ ਰੱਖਣ ਜਾਵਾਂਗਾ ਪਰ ਸਮਝੋਤਾ ਨਹੀਂ ਨਹੀਂ ਉਹ ਤਾਂ ਕਹਿਣਗੇ ਮੇਰੇ ਦੋਸਤ ਨੂੰ ਸੱਦ ਰਿਹਾ ਮੈਨੂੰ ਪਤਾ ਹੈ ਉਹ ਉਥੇ ਕੋਲਿਆਂ ਤੇ ਬਹਿ ਕੇ ਰੋਂਦਾ ਹੁੰਦਾ ਸੀ ਚਾਰ-ਚਾਰ ਸਾਲ ਦੇ ਬੱਚਿਆਂ ਜਦੋਂ ਗੁਰਦੇ ਫੇਲ ਹੋ ਜਾਂਦੇ ਆ ਤੇ ਸਾਡੇ ਕੋਲ ਸਰਕਾਰੀ ਹਸਪਤਾਲ ਨਹੀਂ ਉਹ ਡਾਇਲਿਸਿਸ ਕਰਦੇ ਤੇ ਇਹ ਖਬਰਾਂ ਮਿਸਿੰਗ ਕਿਉਂ ਆ ਸਾਡੇ ਕੋਲ ਕਿਉਂਕਿ ਅਸੀਂ ਚੰਡੀਗੜ੍ਹ ਚ ਬਹਿ ਕੇ ਖਬਰਾਂ ਲਾਉਂਦੇ ਹਾਂ ਬਤੌਰ ਇਨਸਾਨ ਟੁੱਟ ਜਾਂਦਾ ਜਦੋਂ ਇਹਨਾਂ ਪਿੰਡਾਂ ਬਾਰੇ ਜਾਂਦਾ ਜਿੱਥੇ ਤੁਸੀਂ ਜਾਤੋ ਜਿਹੜੀਆਂ ਤੁਸੀਂ ਚੀਜ਼ਾਂ ਸਾਡੇ ਸਾਹਮਣੇ ਰੱਖੀਏ ਰੋਣਾ ਹਮ ਵੀ ਤਾਂ ਹੱਸ ਥੋੜੀ ਰਿਹਾ ਜਾਸਤੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਫਿਊ ਪੁਆਇੰਟ ਤੋਂ ਤੁਹਾਡਾ ਸਭ ਦਾ ਸਵਾਗਤ ਕਰਦਾ ਪੰਜਾਬ ਦਾ ਉਹ ਸੱਚ ਜਿਸ ਨੂੰ ਨੀਤੀ ਕਾੜੇ ਮੰਨਣ ਨੂੰ ਤਿਆਰ ਨਹੀਂ ਜਾਂ ਨੀਤੀ ਕਾੜਿਆਂ ਦੀ ਨੀਤੀ ਵਿੱਚ ਉਹ ਫਿੱਟ ਨਹੀਂ ਬੈਠ ਰਿਹਾ ਅੱਜ ਉਹ ਸੱਚ ਸੁਣ ਲਈ ਤੁਸੀਂ ਤਿਆਰ ਹੋ ਜੋ ਨਹੀਂ ਤਾਂ ਪੰਜਾਬ ਦਾ ਭਵਿੱਖ ਜਿਹੜਾ ਉਹ ਹਨੇਰੇ ਵਿੱਚ ਹੋਊਗਾ ਇਹ ਦਾਵਾ ਇੱਕ ਸਖਸ਼ ਕਰ ਰਿਹਾ ਜਿਹਨੇ 15 ਤੋਂ 20 ਸਾਲ ਆਪਣੀ ਜ਼ਿੰਦਗੀ ਦੇ ਇਨ੍ਹਾਂ ਕੰਮਾਂ ਵਿੱਚ ਲਾ ਦਿੱਤੇ ਤੇ ਬਦਲੇ ਦੇ ਵਿੱਚ ਧਮਕੀਆਂ ਵੀ ਮਿਲ ਗਿਆ ਉਹ ਧਮਕੀਆਂ ਦਾ ਸੱਚ ਕੀ ਹੈ ਇਹ ਜ਼ਿੰਦਗੀ ਦੇ ਆਪਣੇ 15 20 ਬਰੇ ਕਿਉਂ ਲਾਏ ਇਸੇ ਬਾਬਤ ਅੱਜ ਗੱਲ ਕਰਾਂ ਕਿ ਪੰਜਾਬ ਕਿਹੜੇ ਮੋਹਾਨੇ ਤੇ ਖੜਾ ਹੈ ਪੰਜਾਬ ਨੂੰ ਕਿਹੜਾ ਦਰਦ ਸਤਾ ਰਿਹਾ ਜਿਹੜੇ ਨੀਤੀ ਕਾੜਿਆਂ ਨੂੰ ਸੁੰਨਾ ਤਾਂ ਪੈ ਰਿਹਾ ਪਰ ਉਹ ਕਰ ਕੋ ਨਹੀਂ ਕੁਛ ਪਾ ਰਹੇ ਸਵਾਲ ਹੀ ਹੈ ਡਾਟਾ ਪ੍ਰੇਤਪਾਲ ਸਿੰਘ ਅੱਜ ਸਾਡੇ ਨਾਲ ਮੌਜੂਦ ਹਨ ਡਾਟਾ ਪ੍ਰੇਤਪਾਲ ਸਿੰਘ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀ ਪੰਡਿਤ ਇਕਰ ਖੇੜਾ ਹਿੰਡ ਕਿਕਰ ਖੇੜਾ ਤੋਂ ਇਹ ਦਰਦ ਲੈ ਕੇ ਤੁਸੀਂ ਪੰਜਾਬ ਦੇ ਅਲੱਗ-ਅਲੱਗ ਥਾਵਾਂ ਤੇ ਗਏ ਉੱਥੇ ਜੋ ਤੁਸੀਂ ਇਹ ਜਾ ਕੇ ਦਾਵਾ ਕਰਦੇ ਹੋ ਕਿ ਪੰਜਾਬ ਦਾ ਬਚਪਨ ਮਰ ਰਿਹਾ ਨੌਜਵਾਨ ਮਰਦੇ ਪਏ ਕੋਈ ਮਨ ਨੂੰ ਤਿਆਰ ਪੰਜਾਬ ਹੀ ਨਹੀਂ ਮਰ ਰਿਹਾ ਪੰਜਾਬ ਦੇ ਬੱਚੇ ਹੀ ਨਹੀਂ ਮਰ ਰਹੇ ਤੁਸੀਂ ਕਹੋ ਪੰਜਾਬ ਮਰ ਰਿਹਾ ਇੱਕ ਪੂਰਾ ਉਹ ਸਾਡੇ 4 ਜ਼ਿਲ੍ਹੇ ਮਰ ਰਹੇ ਆ ਦਾਵਾ ਇਹ ਹੈ ਸਾਡਾ ਔਰ ਇਹ ਦਾਵਾ ਅੱਜ ਦੀ ਜੋ ਸੀਟ ਤੇ ਬੈਠੇ ਨੇ ਮੇਰੇ ਵੀਰ ਜਿਹੜੇ ਭਗਵੰਦ ਜਿਹੜੇ ਦੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੇ ਵੀ ਮੰਨਿਆ ਸੀ 2009 ਦੇ ਵਿੱਚ ਜਦੋਂ ਮੇਰੇ ਨਾਲ ਸੀ ਇੱਕ ਮਹੀਨੇ ਲਈ ਕੇਜਰੀਵਾਲ ਸਾਹਿਬ ਵੀ ਉਹਨਾਂ ਪਿੰਨਾ ਚ ਜਾ ਕੇ ਆਏ ਸੀ ਔਰ ਉਹਨਾਂ ਨੇ ਕਿਹਾ ਸੀ ਤੇ ਵਰਸ ਹਾਲਤ ਨੇ ਏਰੀਏ ਡੁੱਬ ਜਾਣਗੇ ਔਰ ਇਹਨਾਂ ਨੇ ਕਿਹਾ ਸੀ ਕਿ ਮਰੇ ਇਹ ਇੱਕ ਹੋਰ ਸਿੰਧੂ ਘਾਟੀ ਦੀ ਸੱਭਿਆਤਾ ਬਣਨ ਜਾ ਰਿਹਾ ਹੈ ਇਹ ਇਹਨਾਂ ਦੇ ਵਰਸ਼ਨ ਸੀ ਐਨ ਡੀ ਟੀਵੀ ਇਹਨਾਂ ਸਾਰਿਆਂ ਦੇ ਕਮੈਂਟ ਸੀ ਬੋਲਦੇ ਸੀ ਪੰਜਾਬ ਇੱਕ ਸਿੰਧੂ ਘਾਟੀ ਦੀ ਸੱਭਿਅਤਾ ਬਣਨ ਜਾ ਰਿਹਾ ਹੈ ਔਰ ਜੋ ਉਸਦੀ ਕਹਿਆ ਸੀ ਜਿਹੜੀ ਸ਼ੁਰੂਆਤ ਹੋਏਗੀ ਤਾਂ ਇਹਨਾਂ 17 ਪਿੰਡਾਂ ਤੋਂ ਸਟਾਰਟ ਹੋਏਗੀ ਕਿਹੜੇ 17 ਪਿੰਡ ਉਹ ਤੇਜਾ ਰਹਿਲਾ ਦੋਨਾ ਨਾਨਕਾ ਮਹਾਤਮ ਨਗਰ ਕਾਵਾ ਵਾਲੀ ਉਹ ਤਰਹੰਗ ਵਾਲਾ ਉਹ ਚੋੜੀ ਵਾਲਾ ਉਹ ਰੂਪਨਗਰ ਉਹ ਕਿਕਰਖੇੜਾ ਉਹ ਕੰਦ ਵਾਲਾ ਅਮਰਕੋਟ ਇਹ ਸਾਰੇ ਪਿੰਡ ਸੀ ਉਹ ਰੂਪਨਗਰ ਇਹ ਬਾਰੇ ਕਾਂ ਇਹ ਸਾਰੇ ਪਿੰਡ ਸੀ ਤੁਸੀਂ ਆਪ ਦੀ ਬੈਟਰ ਦਾ ਜ਼ਿਕਰ ਕਰ ਰਹੇ ਜਿੱਥੇ ਜਨਮ ਹੋਇਆ ਜਿੱਥੇ ਕਿਹੜੇ ਨਹੀਂ ਉਥੋਂ ਉਥੋਂ ਵੀ ਨਹੀਂ ਤੁਸੀਂ ਮਲਕ ਦੂਸਰੇ ਪੈਨ ਜਿਹੜੇ ਬਠਿੰਡਾ ਮਾਨਸਾ ਦੇ ਜਿੱਥੇ ਜਿੱਥੇ ਕਾਟਨ ਵੈਲਟ ਹੈ ਜਿੱਥੇ ਜਹਿਰੀਲੀ ਖੇਤੀ ਸਾਡੇ ਹਿੱਕ ਦੇ ਵਿੱਚ ਬੀਜੀ ਗਈ ਹੈ ਸਾਡੀ ਸਾਡੀ ਲੋੜ ਨਹੀਂ ਸੀ ਐ ਔਰ ਅਸੀਂ 1997 ਤੋਂ ਉਜੜ ਰਹੇ ਹਾਂ ਸਾਡੇ ਕਦੇ ਨਰਮਾ ਨਹੀਂ ਹੁੰਦਾ ਸਾਨੂੰ ਬਿਜਵਾਇਆ ਜਾਂਦਾ ਸਾਨੂੰ ਵਾਰ-ਵਾਰ ਇਹ ਕਹਿੰਦਾ ਇਸ ਵਾਰ ਨਰਮੇ ਦਾ ਰਕਵਾ ਵਧਾਣਾ ਸੀ ਪਿਛਲੇ ਸਾਲ ਤੁਸੀਂ ਦੇਖਿਆ ਨਰਮਾ ਉਜੜਿਆ ਸਾਡੇ ਕੋਲ 5 1 ਕਿਲੋ ਨਹੀਂ ਹੋਇਆ ਨਰਮਾ ਕਈ ਕਈ ਖੇਤਾਂ ਦੇ ਵਿੱਚ ਔਰ ਇਹਨਾਂ ਨੇ ਕਿਹਾ 2.5 ਲੱਖ ਇਕ ਸਾਡਾ 5 ਲੱਖ ਦਾ ਸੀਗਾ ਟਾਰਗੇਟ ਸੀ 2.5 ਲੱਖ ਏਕੜ ਹੋਇਆ ਦੇਖੋ ਕਿੰਨੀ ਖਾਸੀ ਕਰ ਲੈਣਾਂ ਦੀ ਔਰ ਇਸ ਵਾਰ ਅਸੀਂ 5 ਲੱਖ ਏਕੜ ਤੱਕ ਲੈ ਕੇ ਜਾਵਾਂਗੇ ਕਿਉਂ ਪਿਛਲੀ ਵਾਰ ਕੀ ਪ੍ਰਾਪਤੀ ਕੀਤੀ ਓਥੇ ਤੁਸੀਂ ਸਾਡੇ ਉਹਨੇ ਕਰਿਆਣੇ ਦੀ ਦੁਕਾਨਾਂ ਨਹੀਂ ਹੈਗੀਆਂ ਜਿੰਨੀਆਂ ਨੇ ਪੈਸੀ ਸਾਈਡ ਦੀਆਂ ਫਰਟੀਲਾਈਜ਼ਰ ਦੀਆਂ ਦੁਕਾਨਾਂ ਨਹੀਂ ਓਥੇ ਤੇ ਬਾਹਰ ਦੇ ਵੱਡੇ ਵੱਡੇ ਓਥੇ ਦਫ਼ਤਰ ਨੇ ਤੇ ਏਜੰਟਾਂ ਨੂੰ ਓਥੇ ਪੈਕੇਜ ਮਿਲਦੇ ਨੇ ਕਿ ਤੁਸੀਂ ਜੇ ਇੰਨੀ ਸਪਰੇ ਸਿੱਟੋਗੇ ਤੇ ਤੁਹਾਨੂੰ ਐਨੇ ਟੂਰ ਮਿਲਣਗੇ ਬਾਹਰ ਦੇ ਉਥੇ ਸਾਡੇ ਏਡੀਓ ਨਹੀਂ ਜਾਂਦੇ ਉਥੇ। ਉਥੇ ਏਜੰਟ ਜਾਂਦੇ ਨੇ ਸਪਰੇਅ ਦੱਸਣ ਵਾਸਤੇ ਕਿਹੜੀ ਸਪਰੇਅ ਕਰਨੀ ਆ। ਤੇ ਪੈਸਿਸਾਈਡਸ ਬਾਰੇ ਜਾਂ ਜਿਹੜੀ ਵੀ ਗੱਲ ਤੁਸੀਂ ਕਹਿ ਰਹੇ ਹੋ ਏਜੰਟ ਜਾਂਦੇ ਆ ਉਥੇ ਟੂਰ ਦੇ ਪੈਕੇਜ ਵੀ ਤੁਸੀਂ ਗੱਲ ਕਰਦੇ ਪਿਆ। ਮੈਂ ਮੈਨੂੰ ਇਸ ਗੱਲ ਵਿੱਚ ਕੋਈ ਗਰੇਚ ਨਹੀਂ ਆ ਕਹਿਣ ਤੋਂ ਇਹ ਸੱਚ। ਸੱਚ। ਪਰ ਇਸ ਸੱਚ ਦੇ ਵਿਚਾਲੇ ਸਰਕਾਰਾਂ ਨੂੰ ਸਭ ਕੁਝ ਪਤਾ ਹੋਣਾ ਨੀਤੀ ਬਣਾਈਆ ਹੋਣਾ। ਇਹ ਪੈਸਿਸਾਈਡ ਆ ਜਿਹੜੇ ਜਾਲੀ ਨਹੀਂ ਵਿਕਣ ਕੇ ਸਪਰੇਅ ਆ ਜਿਹੜਾ ਅਸੀਂ ਘੱਟ ਕਰਨਾ ਉਹ ਤਾਂ ਕਹਿੰਦੇ ਆ ਪੀਯੂ ਦੇ ਵਿੱਚ ਬੜੀ ਰਿਸਰਚ ਹੋ ਰਹੀ ਆ ਸਾਡੇ ਕੋਲ ਜਨਾਬ ਫਿਰ ਨਰਮੇ ਦੀ ਜ਼ਹਿਰੀਲੀ ਖੇਤੀ ਸਾਡੇ ਤੋਂ ਕਿਉਂ ਕਰਾਉਣਾ ਚਾਹੁੰਦੇ ਹੋ ਤੇ ਹਾਰਟੀਕਲਚਰ ਏਰੀਆ ਉਹ ਇਹ ਜਿਹੜੇ ਚਾਰ ਜਿਹੜੇ ਨੇ ਟਿੱਬਿਆਂ ਦੇ ਏਰੀਏ ਕਹਿੰਦੇ ਹੋ ਤੁਸੀਂ ਮਾਨਸਾ ਬਠਿੰਡਾ ਅਬੋਹਰ ਫਾਜ਼ਿਲਕਾ ਇਹ ਫਰੂਟ ਕਿੰਗ ਦੇ ਨਾਲ ਜਾਣੇ ਜਾਂਦੇ ਨੇ ਇਹ ਤਾਂ ਉਜਾੜਾ ਜਾ ਰਿਹਾ ਫਰੂਟ ਕਿੰਗ ਨੂੰ ਤਿੰਨ ਤਿੰਨ ਤੋਂ ਚਾਰ ਪਾਣੀ ਲੱਗਦੇ ਸਾਰੇ ਇਸ ਨੂੰ ਜਿਹੜੇ ਸਿਟਰਸ ਫਰੂਟਸ ਨੂੰ ਜਿਹੜਾ ਰਾਈਟ ਔਰ ਭਰਪੂਰ ਖੇਤੀ ਐ ਇਸ ਦੀ ਭਰਪੂਰ ਪੂਰੀ ਦੁਨੀਆ ਚ ਡਿਮਾਂਡ ਹੈ ਹਰ ਤਰ੍ਹਾਂ ਦਾ ਫਰੂਟ ਹਰ ਤਰ੍ਹਾਂ ਦਾ ਫਰੂਟ ਹੋਏ ਸੀ ਉਹ ਸੀਰੀਏ ਨੇ ਕਾਮਯਾਬ ਕਰਕੇ ਦਿਖਾਇਆ ਜਿਹੜੇ ਖੇਤੀ ਵਿਭੰਨਤਾ ਅੱਜ ਗੱਲ ਕਰ ਰਹੇ ਆ ਤੁਸੀਂ ਇਹਨਾਂ ਨੇ 20 ਸਾਲ ਪਹਿਲਾਂ ਕਰਕੇ ਦਿਖਾਈ ਉੱਥੇ ரைਟ ਬਦਲੇ ਦੇ ਚ ਉਹਨਾਂ ਨੂੰ ਕੀ ਮਿਲਿਆ ਉਜਾੜਾ ਕਦੇ ਉਹਨਾਂ ਦੀ ਜੇ ਫਰੂਟ ਹੋ ਜਾਏਗਾ ਉਹਨਾਂ ਦਾ ਉਹ ਉਹਦੀ ਉਹਦਾ ਰੇਟ ਨਹੀਂ ਮਿਲਣਾ ਜੇ ਰੇਟ ਮਿਲ ਗਿਆ ਉਸ ਸਾਲ ਇਹਨਾਂ ਨੂੰ ਪਾਣੀ ਨਹੀਂ ਮਿਲਣਾ ਪਿਛਲੀ ਵਾਰੀ ਸਾਡਾ ਬਾਗ ਕਿਉਂ ਜੜੇ ਸੀਗੇ ਪਾਣੀ ਦੀ ਬੰਦੀ ਆ ਗਈ ਸੀ ਇਹਨਾਂ ਦੀ ਜਦੋਂ ਪਾਣੀ ਦੀ ਲੋੜ ਸੀ ਪਾਣੀ ਨਹੀਂ ਮਿਲਿਆ ਉੱਤਮੋਂਗੋਂ ਪਾਲੇ ਜਿਹੜੇ ਸੀਗੇ ਸਾਨੂੰ 12-12 ਸਾਲ ਦੇ ਜਿਹੜੇ ਬਾਗ ਸੀ ਸਾਨੂੰ ਪੱਟਣੇ ਪਏ ਸੀ ਉਦੋਂ ਨਹੀਂ ਤੁਸੀਂ ਪੈਸਟੀਸਾਈਡ ਦੇ ਬਾਰੇ ਤਾਂ ਜ਼ਿਕਰ ਕਰਦੇ ਪਿਓ ਜ਼ਹਿਰੀਲੀ ਖੇਤੀ ਦਾ ਜ਼ਿਕਰ ਕਰਦੇ ਪਿਓ ਮੇਰਾ ਸਵਾਲ ਹੈ ਤੁਸੀਂ ਇੱਕ ਜਿਹੜਾ ਕਹਿ ਰਹੇ ਹੋ ਕਿ ਬੱਚਿਆਂ ਤੇ ਬਹੁਤ ਜ਼ਿਆਦਾ ਇੰਪੈਕਟ ਪੈ ਰਿਹਾ ਸਾਡੀ ਸਾਡੀ ਜਵਾਨੀ ਤੇ ਇੰਪੈਕਟ ਪੈ ਰਿਹਾ ਤੋ ਮੈਨੂੰ ਯਾਦ ਹੈ ਬਹੁਤ ਸਾਲ ਪਹਿਲਾਂ ਤੁਸੀਂ ਇੱਕ ਰਿਸਰਚ ਜਿਹੜੀ ਅੱਗੇ ਲਿਆਂਦੀ ਸੀ ਬੱਚਿਆਂ ਦੇ ਵਾਲ ਚਿੱਟੇ ਹੋ ਗਏ ਜਦੋਂ ਜਦੋਂ ਅਸੀਂ ਦੇਖਿਆ ਸੀ ਕਿ ਪਿੰਡਾਂ ਚ ਗਏ 8-8 ਸਾਲ ਦੇ ਬੱਚਿਆਂ ਦੇ ਵਾਲ ਚਿੱਟੇ ਨੇ ਇਹ ਤੁਹਾਡੇ ਲਈ ਤਾਂ ਆਮ ਗੱਲ ਹੋ ਸਕਦੀ ਸਾਨੂੰ ਡਿਸਟਰਬ ਕਰਦੀ ਸੀ ਗੱਲ 8-8 ਸਾਲ ਦੇ ਬੱਚਿਆਂ ਦੇ ਵਾਲ ਚਿੱਟੇ ਨਹੀਂ ਹੋ ਸਕਦੇ। ਰਾਈਟ ਦੰਦ ਕਾਲੇ ਨਹੀਂ ਹੋ ਸਕਦੇ ਉਹਨਾਂ ਦੇ। ਸਾਨੂੰ ਕਹਿੰਦੇ ਫਾਇਰ ਕਾਲੇ ਦੇ ਬੰਦੇ ਤੋਂ ਲੋਕ ਦੰਦਾਂ ਤੋਂ ਪਛਾਣੇ ਜਾਂਦੇ ਆ। ਇਹ ਆਮ ਗੱਲ ਨਹੀਂ। ਮੈਨੂੰ ਆਮ ਗੱਲ ਨਹੀਂ ਲੱਗਦੀ। ਮੈਨੂੰ ਇਰੀਟੇਟ ਕਰਦੀ ਸੀ। ਉਹਦਾ ਕੈਰਿੰਗ ਸਿਮਿਤ ਨਾਲ ਮੇਰਾ ਵਾਸਤਾ ਪਿਆ ਸਾਊਥ ਅਫਰੀਕਾ ਤੋਂ ਸੀ। ਅਸੀਂ ਵਾਲਾਂ ਦੇ ਸੈਂਪਲ ਲਏ। ਉਦੋਂ ਪਤਾ ਲੱਗਿਆ ਕਿ ਸਾਡੇ ਹਿੱਕਾਂ ਦੇ ਵਿੱਚ ਜਿਹੜੇ ਆ ਸਾਡੇ ਜਿਹੜੇ ਦੁਸ਼ਮਣ ਵਿਦੇਸ਼ਾਂ 'ਚ ਬੈਠੇ ਕਾਰਪੋਰੇਟ ਜਿਹੜੇ ਆ ਸਾਡੇ ਹਿੱਕਾਂ 'ਚ ਜ਼ਹਿਰ ਭਰ ਕੇ ਆ। ਰਾਈਟ ਉਹ 'ਚ ਯੂਰੇਨੀਅਮ ਵੀ ਸੀਗਾ। ਉਹ 'ਚ ਆਰਸੈਨਿਕ ਵੀ ਸੀਗਾ। ਉੱਚ ਲੈਡ ਵੀ ਸੀਗਾ ਉਸ ਅਕੈਡਮੀ ਵੀ ਸੀ ਉਸ ਚ ਨਿਕਲ ਵੀ ਸੀ ਉਸ ਚ ਅਲੂਮੀਨੀਅਮ ਵੀ ਸੀ ਉਸ ਚ ਜ਼ੀਰੋਨੀਅਮ ਵੀ ਸੀ ਇਹ ਸਭ ਮੈਟਲ ਸੀ ਜਿਹੜੀ ਅਸੀਂ ਯੂਰੇਨੀਅਮ ਸੀ 87% ਬੱਚਿਆਂ ਚ ਜ਼ੀਰੋਨੀਅਮ ਨਿਕਲਿਆ ਸੀ 86% ਬੱਚਿਆਂ ਚ ਅਲੂਮੀਨੀਅਮ ਸੀ 35% ਬੱਚਿਆਂ ਚ ਸਕੈਡੀਮੀਅਮ ਸੀ ਕਰੀਬਨ 40 40% ਬੱਚਿਆਂ ਚ ਆਰਸੈਨਿਕ ਸੀਗਾ ਉਹਦਾ ਪੰਜਾਬ ਸਰਕਾਰ ਨੇ ਕਿਹਾ ਕਿ ਇਹ ਰਿਪੋਰਟ ਫੇਕ ਹੈ ਸਾਡੇ ਤੇ ਸੈਂਟਰ ਨੂੰ ਬੰਦ ਕਰਨ ਦੀ ਧਮਕੀਆਂ ਦਿੱਤੀਆਂ ਸੈਂਟਰਾਂ ਨੂੰ ਬੰਦ ਕਰਨ ਦੇ ਲਈ ਤੇ ਇਹਨਾਂ ਨੇ ਰੇਡਾਂ ਪਾਈਆਂ ਉਹ ਇਨਕਮ ਟੈਕਸ ਜੋਨ ਨੇ ਮਗਰਲੋਣਾ ਸਾਡੇ ਮਗਰ ਲਾਇਆ ਪਰ ਸਾਡਾ ਇੱਕੋ ਅਸੀ ਕਿ ਤੁਸੀਂ ਜੋ ਬੰਦ ਕਰਨਾ ਕਰੋ ਜੋ ਮਾਰਨਾ ਸਾਨੂੰ ਮਾਰੋ ਫਾਂਸੀ ਟੰਗਣਾ ਟੰਗੋ ਸਾਨੂੰ ਰਿਪੋਰਟ ਨੂੰ ਸਾਡੀ ਰਿਪੋਰਟ ਨੂੰ ਛੁੱਟ ਲਾਓ ਇਹਨਾਂ ਨੇ ਬਾਰਕ ਨੂੰ ਜਦੋਂ ਸੰਸਦ ਸੈਂਸਦਿਕ ਕਮੇਟੀ ਬਣੀ ਮੁਰਲੀ ਮਨੋਰ ਜੋਸ਼ੀ ਦੇ ਉਹਦੇ ਅਗਵਾਈ ਦੇ ਵਿੱਚ ਤੇ ਬਾਰਕ ਬਾਬਾ ਟੋਮਿਕ ਰਿਸਰਚ ਸੈਂਟਰ ਨੇ ਪੈਰਲਲ ਸਟੱਡੀ ਕੀਤੀ ਔਰ 2012 ਚ ਮੈਨੂੰ ਯਾਦ ਹੈ ਜਦੋਂ 5 ਵਜੇ ਮੈਂ ਸੁੱਤਾ ਪਿਆ ਸਵੇਰ ਉੱਠਿਆ ਕਿਸੇ ਪਿੰਡ 'ਚ ਸੀਗਾ ਮੈਂ ਉੱਥੇ ਖਬਰ ਚੱਲ ਰਹੀ ਸੀ ਕਾਸ਼ਵਾਨੀ ਰੇਡੀਓ ਦੇ ਉੱਤੇ 5 5:30 ਦਾ ਟਾਈਮ ਸੀ ਕਿ ਆਖਰ ਭਾਰਤ ਸਰਕਾਰ ਨੇ ਕਬੂਲਾ ਪੰਜਾਬ ਦੇ ਪਾਣੀਆਂ ਮੈਂ ਹੈ ਯੂਰੇਨੀਅਮ ਤੇ ਮੈਨੂੰ ਯਾਦ ਆ ਤੁਹਾਡੀ ਚੈਰ ਰਿਸਰਚ ਨੂੰ ਸਾਰਾ ਨਕਾਰਤਾ ਸੀਗਾ ਉਹਨਾਂ ਨੇ ਕਿ ਅਸੀਂ ਤੂੰ ਤੂੰ ਦੇਸ਼ਤਰ ਹੋਈਆਂ ਤੂੰ ਤਾਂ ਹੂਮਨ ਟਿਸ਼ੂ ਭੇਜ ਨਹੀਂ ਸਕਦਾ ਤੂੰ ਭੇਜਾ ਕਿਵੇਂ ਹੈ ਹੂਮਨ ਟਿਸ਼ੂ ਕਰੋ ਆ ਤੁਸੀਂ ਬਿਨਾ ਭਾਰਤ ਸਰਕਾਰ ਦੇ ਪਰਿਸ਼ਰਣ ਤੋਂ ਭੇਜ ਨਹੀਂ ਸਕਦੇ ਤੁਸੀਂ ਕਰਨੀ ਨਹੀਂ ਤੇ ਸਾਨੂੰ ਭੇਜਣ ਨਹੀਂ ਦੇਣਾ ਵਾਓ ਸਾਡੇ ਬੱਚੇ ਮਾਰੀ ਜਾਓ ਕਿਉਂਕਿ ਦੇਖੋ ਲਾਸ ਇੱਕ ਹੁੰਦੀ ਐਪੀਡੈਮਿਕ ਜਿਵੇਂ ਕਰੋਨਾ ਆਇਆ ਹੂੰ ਉਦੋਂ ਲੋਕਾਂ ਨੂੰ ਦਿਖਿਆ ਇੱਕ ਹੁੰਦੀ ਜਿਹੜੀ ਸਾਇਲੈਂਟ ਡੈਥ ਇਹ ਇੱਕ 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 ਖਰਚ ਡੈਥ ਹੋ ਗਈ ਆਪਣਾ ਦਾ ਹਾਂ ਯਾਰ ਉਹਨਾਂ ਦੇ ਮਰ ਗਿਆ ਯਾਰ ਕੋਈ ਗੱਲ ਨਹੀਂ ਇਹ ਡੈਥ ਦਾ ਜਿਹੜਾ ਫੀਨੋਮਨਾ ਦੇਖੋ ਜੇ ਅਨੈਚੁਰਲ ਡੈਥ ਹੁੰਦੀਆਂ ਤੁਹਾਨੂੰ ਡਿਸਟਰਬ ਕਰਨੀ ਚਾਹੀਦੀਆਂ ਹੁਣ ਤਾਂ ਸਾਡਾ ਨਾ 70 ਸਾਲ ਦਾ ਜਿਹੜਾ ਸਾਨੂੰ ਸਾਇੰਟੀਫਿਸਟ ਸਾਨੂੰ ਰਿਸਰਚ ਦੀ ਲੋੜ ਨਹੀਂ ਸਾਡਾ 70 ਸਾਲ ਦਾ ਜਿਹੜਾ ਬਜ਼ੁਰਗ ਜਿਹੜਾ ਹੈਗਾ ਉਹ ਵੀ ਉੱਥੇ ਦੱਸ ਦਿੰਦਾ ਹੈਗਾ ਜਦੋਂ ਕੋਲ ਦੀ ਅਰਥੀ ਟੱਪਦੀ ਹੈ ਨਾ ਜਵਾਨ ਮੁੰਡੇ ਦੀ ਤੋ ਕੇ ਦੱਸ ਦਿੰਦਾ ਕਿ ਨਹੀਂ ਯਾਰ ਸਾਰਾ ਜ਼ਹਿਰਾਂ ਨੇ ਮਾਰਤਾ ਤੁਸੀਂ ਤਾਂ ਡਟ ਬ੍ਰਿਤਪਲ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਮੈਂ ਤੁਹਾਨੂੰ ਬਹੁਤ ਸਾਲਾਂ ਦਾ ਸੁਣਦਾ ਆ ਰਿਹਾ ਦੇਖਦਾ ਆ ਰਿਹਾ ਮੈਨੂੰ ਇਹ ਲੱਗਦਾ ਤੁਸੀਂ ਤਾਂ ਸਾਨੂੰ ਡਰਾ ਰਹੇ ਹੋ ਪੰਜਾਬ 'ਚ ਰਹਿਣਾ ਨਹੀਂ ਚਾਹੀਦਾ ਨਹੀਂ ਮੈਂ ਚਲਾ ਜਾਵਾਂ ਛੱਡ ਕੇ ਇਹ 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 ਸਰਕਾਰ ਨੂੰ ਤੈਅ ਕਰਨਾ ਪਏਗਾ ਹਾਂ ਮੈਂ ਇੱਕ ਵਾਰੀ ਪਹਿਲਾਂ ਵੀ ਬੋਲਿਆ ਸੀ ਕਿ ਸਾਨੂੰ ਇੱਕ ਰਾਹ ਦੱਸ ਦਿਓ ਜਿਉਣ ਦਾ ਬੰਦੇ ਕੋਲੇ ਦੋ ਹੀ ਰਾਹ ਹੁੰਦੇ ਆ ਬੰਦਾ ਜਿਉਂਦਾ ਕਿਸ ਵੇਸ ਤੇ ਹੈ ਪਾਣੀ ਦੇ ਵੇਸ ਤੇ ਨਾ ਹਾਂ ਸਾਡਾ ਪਾਣੀ ਤੁਸੀਂ ਕਿੰਨਾ ਕਰੇ ਇੱਥੇ ਜਿਹੜੇ ਚੰਡੀਗੜ੍ਹ ਵਾਲੇ ਲੋਕ ਨੇ ਜਾਂ ਫੋਰਨਚ ਬੈਠੇ ਯੂਰਪ ਚ ਬੈਠੇ ਲੋਕ ਨੇ ਉਹ ਆਪਣੇ ਗੂਗਲ ਤੇ ਹੁਣੇ ਕੱਢ ਲੈਣ ਉਹ ਦੱਸਣ ਕਿ ਪਾਣੀ ਸੇਫ ਪਾਣੀ ਕਿੰਨਾ ਪੀਣਾ ਚਾਹੀਦਾ TDS 150 ਤੋਂ ਉੱਪਰ ਨਹੀਂ ਹੋਣਾ ਚਾਹੀਦਾ ਹਿਊਮਨ ਵੈਲਿਊਸ ਤੇ ਨਾਰਮਲ ਚਲ 400 ਤੱਕ ਤੁਸੀਂ ਉਹ ਪੀ ਸਕਦੇ ਗਰਾਊਂਡ ਵਾਟਰ 10000 ਤੋਂ ਟੱਪਿਆ ਪਿਆ ਸਾਨੂੰ ਆਰ ਕੰਪਨੀਆਂ ਆਰੋ ਨਹੀਂ ਦਿੰਦੀਆਂ ਗਰੰਟੀ ਨਹੀਂ ਦਿੰਦੀਆਂ ਉੱਥੇ ਨਾਈਟ੍ਰੇਟ ਦਾ ਲੈਵਲ ਲੈਸ ਦਨ 5 ਚਾਹੀਦਾ 517 ਇਹ ਸਾਈ ਲੈਬ ਥਾਪਰ ਦੀ ਰਿਪੋਰਟ ਦੀ ਥਾਪਰ ਜਿਹੜੀ ਯੂਨੀਵਰਸਿਟੀ ਦੀ ਰਿਪੋਰਟ ਦੀ ਇਹ ਰੇਡੀਅਮ ਬਾਰਾਂਸੋ ਸੱਤਰ ਹੈ ਜਿਹੜਾ ਸਾਨੂੰ ਕਹਿੰਦੀ ਹੈ ਯੂਰੋਪੀਅਨ ਯੂਨੀਅਨ ਕਹਿੰਦੀ 10 ਤੋਂ ਜ਼ਿਆਦਾ ਜਿਹੜੀ ਕਹਿੰਦੀ ਹੈ ਓਹ ਡਬਲਯੂ ਐਚਓ ਕਹਿੰਦੇ 20 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਔਰ ਸਾਡਾ ਭਾਵਾਟੋਮਿਕ ਐਕਸੀਡੈਂਟਰ ਨੇ ਨਵੀਂ ਵੇਸੇ ਰੱਖੀ ਹੋਈ ਹੈ ਕਹਿੰਦੇ 60 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਵੇਸੇ ਜਨਾਬ ਜ਼ਹਿਰਾਂ ਦੀ ਕੋਈ ਵੈਲਿਊ ਨਹੀਂ ਹੁੰਦੀ ਇਹ ਇਹ ਉਦੋਂ ਉਹਨਾਂ ਨੇ ਜਿਹੜੇ ਜ਼ਹਿਰਾਂ ਦੀ ਸੇਫਟ ਲਿਮਿਟ ਹੈ ਇਹਨਾਂ ਨੇ ਉਦੋਂ ਸ਼ੁਰੂ ਕੀਤੀਆਂ ਸੀ ਜਦੋਂ ਰੈਸ਼ਨਲ ਕਾਰਨਸਨ ਨੇ ਜਦੋਂ ਪਹਿਲੀ ਬੁੱਕ ਲਿਖੀ ਸੀਗੀ 1960 ਦੇ ਵਿੱਚ ਉਦੋਂ ਜਿਵੇਂ ਹੁਣ ਸਾਡੇ ਇੱਥੇ ਲੋ ਮਰ ਗੀਆਂ ਜਾਨਵਰ ਮਰ ਗਏ ਉਥੇ ਮਰਨੇ ਸ਼ੁਰੂ ਹੋ ਗਏ ਜਦੋਂ ਉਥੇ ਤਾਂ ਉਹਨੇ ਦੇਖਿਆ ਕਿ ਬਾਹਰ ਚ ਇਸ ਵਾਰ ਚਿੜੀਆਂ ਨਹੀਂ ਆਈਆਂ ਸਾਡੇ ਤੇ ਉਸਨੇ ਲਿਖਿਆ ਜੀ ਸਾਇਲੈਂਟ ਸਪ੍ਰਿੰਗ ਚੁੱਪ ਬਸੰਤ ਉਹ ਬੁੱਕ ਲਿਖੀ ਉਹ ਬੁੱਕ ਦੇ ਚ ਉਹਦੋਂ ਡੀਡੀਟੀ ਦਾ ਇਹਨਾਂ ਸਪ੍ਰਿਆਂ ਦਾ ਜਿਵੇਂ ਹੁਣ ਇੱਥੇ ਸਾਡਾ ਕਹਿਰ ਚੱਲ ਰਿਹਾ ਹੈ ਨਾ ਬਾਹਰ ਤੇ ਮਨਸੈਂਟੋ ਜਿਹੜੀ ਕਹਿਰ ਵਪਾਰ ਰਹੀ ਹੈ ਸਾਡੇ ਇਲਾਕੇ ਦੇ ਵਿੱਚ ਹੁਣ ਇਹ ਇਹ ਉਦੋਂ ਉਥੇ ਵਰਪਾਉਂਦੀ ਪਈ ਸੀ ਔਰ ਉਦੋਂ ਫਿਰ ਪੂਰਾ ਤਰਥੱਲੀ ਮਚ ਗਈ ਉਹਨੂੰ ਉਹਨੂੰ ਫੇਕ ਕਿਹਾ ਗਿਆ ਉਸ ਨੂੰ ਝੂਠਾ ਕਿਹਾ ਗਿਆ ਸਭ ਕੁਝ ਕਿਹਾ ਗਿਆ ਔਰ ਉਸ ਟਾਈਮ ਤੇ ਰਾਸ਼ਟਰਪਤੀ ਜਾਨ ਕਨੇਡੀ ਨੇ ਉਹ ਬੁੱਕ ਪੜ੍ਹੀ ਫਿਰ ਉਸ ਤੋਂ ਬਾਅਦ ਇਹ ਨੀਤੀ ਘੜੇ ਸੀ ਕਿ ਇਹਨਾਂ ਦੇ ਉਹ ਦੁਆਰਾ ਫਿਰ ਇਕੱਠੇ ਹੋਏ ਕਾਰਪੇਟਸ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਸੇਫ ਲਿਮਟਾ ਕਟੋ ਜ਼ਹਿਰਾਂ ਦੀ ਕਦੇ ਸੇਫ ਲਿਮਟ ਹੋਈ ਹੈ ਜ਼ਹਿਰ ਦੀ ਕੋਈ ਸੇਫ ਲਿਮਟ ਹੈ ਕੋਈ ਤੈਅ ਕਰ ਸਕਦਾ ਬਹੁਤ ਵੱਡੇ ਸਵਾਲ ਹੈ ਮੈਂ ਇੱਕ ਛੋਟਾ ਵਕਫਾ ਲੈ ਕੇ ਵਾਪਸ ਆ ਰਿਹਾ ਹਾਂ ਜੇ ਅਸੀਂ ਨਾ ਸੋਚੇ ਨਾ ਸੋਚਿਆ ਤੇ ਨਾ ਜਾਕੇ ਤਾਂ ਪੰਜਾਬ ਵਿੱਚ ਜ਼ਹਿਰ ਫੈਦਾ ਜਾਊਗਾ ਮੈਨੂੰ ਵੀ ਅੱਜ ਸੁਣ ਕੇ ਡਰ ਲੱਗ ਰਿਹਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਤੇ ਵੀ ਸਵਾਲ ਕਰੂਗੀ ਤੁਸੀਂ ਉਦੋਂ ਕਿੱਥੇ ਸੀਗੇ ਉਦੋਂ ਕਿਉਂ ਚੁੱਪ ਬੈਠ ਰਹੇ ਕਿਉਂ ਨਹੀਂ ਸਵਾਲ ਕੀਤੇ ਅੱਜ ਇਸੇ ਲਈ ਸਵਾਲ ਪੁੱਛਨੇ ਪੈ ਰਹੇ ਆ ਪਰ ਜੇ ਹੱਲ ਨਿਕਲੂਗਾ ਤਾਂ ਇਹ ਨੀਤੀ ਕਾੜਿਆਂ ਨੂੰ ਸ਼ਾਬਾਸ਼ ਸਾਰੇ ਪਾਸਿਓਂ ਮਿਲ ਚੋਗੀ ਨਾ ਤਾਂ ਪੰਜਾਬ ਜਿਹੜੀ ਖੇਤੀ ਕਰਦਾ ਪਿਆ ਉਸ ਖੇਤੀ ਤੇ ਡਾਕਟਰ ਪ੍ਰਿਤਪਾਲ ਜਿਹੜੇ ਸਵਾਲ ਚੁੱਕੇ ਆ ਉਹ ਜ਼ਹਿਰੀਲੇ ਸਵਾਲ ਲੱਗਦੇ ਪਿਆ ਵਾਪਸ ਆ ਰਿਹਾ ਇੱਕ ਵਾਰ ਫੇਰ ਥੋੜਾ ਸਵਾਲ ਕਰਦੇ ਆ ਡਾਕਟਰ ਪ੍ਰਿਤਪਾਲ ਮੈਨੂੰ ਇੱਕ ਚੀਜ਼ ਤੁਸੀਂ ਦੱਸ ਸਕਦੇ ਹੋ ਤੁਹਾਡੇ ਕੋਲ ਕੋਈ ਹੋਰ ਰਿਸਰਚ ਹੈ ਕੀ ਆ ਜਾਂ ਕੋਈ ਡਾਟਾਬੇਸ ਹੈ ਜਿੰਦੇ ਜ਼ਰੀਏ ਤੁਸੀਂ ਇਹ ਚੈਲੰਜ ਕਰਦੇ ਪਿਓ ਸਰਕਾਰਾਂ ਨੂੰ ਨੀਤੀ ਕਾੜਿਆ ਨੂੰ ਕਿ ਤੁਸੀਂ ਪਿੰਡਾਂ ਦੀ ਸਹਾਇਤਾ ਨਹੀਂ ਲੈਂਦੇ ਪਏ ਜਿੱਥੇ ਬੱਚੇ ਮੈਂਟਲ ਡਿਸਟੇਬਲ ਹੈ ਜਿੱਥੇ ਫਿਜ਼ੀਕਲ ਬੱਚੇ ਨੂੰ ਦਿੱਕਤਾਂ ਹੈ ਇਹੋ ਜਿਹਾ ਕੋਈ ਡਾਟਾ ਹੈ ਤੁਹਾਡੇ ਕੋਲ ਇਹਨਾਂ ਦੇ ਆਪ ਦੇ ਦੋਸਤ ਮਾਨਸਾ ਦੇ ਦੋਸਤ ਸੀ ਉਹਨਾਂ ਪਿੰਡਾਂ ਚ ਹੋ ਕੇ ਆਏ ਹਨ ਤੁਹਾਨੂੰ ਜਮਾਨ ਆਪਕੋ ਕੀ ਆਇਆ ਹੈ ਲਾਈਵ ਹੋ ਕੇ ਬੋਲेंगे ਔਰ ਬਾਅਦ ਚ ਦੂਜੀ ਵਾਰ ਜਦੋਂ ਮੀਟਿੰਗ ਹੋਈ ਸੀ ਪੀਏਸੀ ਦੀ ਕਮੇਟੀ ਦੇ ਵਿੱਚ ਉਦੋਂ ਇਹਨਾਂ ਨੂੰ ਆਪ ਨੇ ਭਗਵੰਦ ਮਾਨ ਨੇ ਭਰੋਸਾ ਦਿੱਤਾ ਸੀ ਕਿ ਮੇਰੇ ਉਂਗਲਾਂ ਤੇ ਯਾਦ ਨਹੀਂ ਹੋ ਸਾਰੇ ਪਿੰਡ ਉਹ ਤੇ ਹਾਲਤ ਬਹੁਤ ਮਾੜੀ ਹੈ ਨਹੀਂ ਜੇ ਮਿਸਟਰ ਮਾਨ ਨੂੰ ਉਂਗਲਾਂ ਤੇ ਯਾਦ ਹੋ ਉਹਨਾਂ ਜੇ ਸਰਕਾਰ ਆਇਆ ਨੂੰ ਥੋੜਾ ਥੋੜਾ ਟਾਈਮ ਹੋਇਆ ਅਸੀਂ ਸਾਰਾ ਕੁਝ ਉਹਨਾਂ ਤੇ ਪਾ ਨਹੀਂ ਨਹੀਂ ਪਾਵਾਂਗਾ ਨਹੀਂ ਪਾਵਾਂਗਾ ਮੈਂ ਜਦੋਂ ਵੀ ਗੱਲ ਕਰਦਾ ਮੈਂ ਕਹਿੰਦਾ ਸਿਆਸਤ ਤੇ ਸੱਤਾ 'ਚ ਫਰਕ ਹੈ ਸੱਤਾ ਉਹਨਾਂ ਘੜਿਆਂ ਕੋਲੇ ਨੀਤੀ ਘੜਿਆਂ ਕੋਲੀ ਹੈਗੀ ਆ ਇਹ ਤਾਂ ਸਿਆਸਤ ਦੇ ਤਾਂ ਰੰਗ-ਬਰੰਗੇ ਤਾਸ਼ ਦੇ ਪੱਤੇ ਨੇ ਇਹਨਾਂ ਦੇ ਹੱਥ ਸਾਡੇ ਇਹ ਸਾਡੇ ਲੋਕਾਂ ਨੂੰ ਅਵੇਅਰ ਹੋਣਾ ਪੈਣਾ ਲੋਕਾਂ ਨੂੰ ਇੱਕ ਮੂਵ ਦੇ ਵਿੱਚ ਆਉਣਾ ਪੈਣਾ ਤਾਂ ਇਹ ਨੀਤੀਕਾਰ ਇਹ ਨੀਤੀ ਘੜੇ ਜਿਹੜੇ ਆ ਉਹ ਮਜਬੂਰ ਹੋਣਗੇ ਨਹੀਂ ਤਾਂ ਇਹਨਾਂ ਨੂੰ ਉਹ ਪੇਸ਼ਕਸ਼ਾਂ ਦੂਜੀ ਤਰ੍ਹਾਂ ਕਰਨਗੇ ਕਿਉਂਕਿ ਤੁਸੀਂ ਪਿੰਡਾਂ 'ਚ ਜਾਣਾ ਨਹੀਂ ਐ ਚੰਡੀਗੜ੍ਹ 'ਚ ਬਹਿ ਕੇ ਰਿਪੋਰਟਾਂ ਤਿਆਰ ਕਰਨੀਆਂ ਮੈਂ ਤੁਹਾਨੂੰ ਉੱਥੇ ਗੱਲ ਤੇ ਵਾਪਸ ਆ ਰਿਆਂ ਹਾਂ ਸਾਨੂੰ ਪਿੰਡ ਦਾ ਪਾਣੀ ਦਾ ਰਾਹ ਦੱਸ ਦਿਓ ਯਾਰ ਅਸੀਂ ਕਿਹੜਾ ਪਾਣੀ ਪੀਏ 10000 ਚਿੱਟੀਆ ਸਾਲਾ ਜਿੱਥੇ ਤੁਹਾਡੇ ਹੈਲਥ ਡਿਪਾਰਟਮੈਂਟ ਨੇ ਕਿਹਾ ਹੈ ਕਿ ਇੱਥੇ ਚੇਤਾਵਨੀਆਂ ਲਿਖ ਕੇ ਲਾਈਆਂ ਹੋਈਆਂ ਪਿੰਡਾਂ ਦੇ ਵਿੱਚ ਲਾਲ ਅੱਖਰਾਂ 'ਚ ਕਿ ਇੱਥੋਂ ਦਾ ਹੈਟਲਾ ਪਾਣੀ ਪੀਣਾ ਸਖਤ ਮਨਾ ਹੈ ਇਹ ਪਾ ਇਹ ਪਾਣੀ ਪੀਣ ਯੋਗ ਨਹੀਂ ਇਹ ਪਾਣੀ ਪੀਣ ਯੋਗ ਨਹੀਂ ਹੈ ਇਹਨਾਂ ਪਿੰਡਾਂ ਚ ਕੋਈ ਵੀ ਹੈਟਲੇ ਪੰਪ ਦਾ ਪਾਣੀ ਨਾ ਪੀਓ ਔਰ ਅਸੀਂ ਉਹ ਪਾਣੀ ਪੀਏ ਜਿਹੜਾ ਬੁੱਢੇ ਨਾਲੇ ਵਾਲਾ ਉਹ ਗੰਦਾ ਕਾਲਾ ਪਾਣੀ ਸਾਡੇ ਕੋਲੇ ਜਾਂਦਾ ਜਾਂਦਾ ਛੱਪੜਾਂ ਵਰਗਾ ਹੋ ਜਾਂਦਾ ਨਹੀਂ ਤੁਸੀਂ ਤਾਂ ਪੂਰੇ ਖੇਤੀ ਸੈਕਟਰ ਨੂੰ ਕਟਾਰੇ ਚ ਖੜਾ ਕਰਤਾ ਇਹਦੇ ਲਈ ਇਹਦੇ ਲਈ ਕਿਸਾਨ ਕੀ ਕਰੇ ਦੱਸੋ ਮੈਨੂੰ ਕਿਸਾਨ ਕੋਈ ਦੋਸ਼ ਨਹੀਂ ਹੈ ਕਿਸਾਨ ਦਾ ਹਾਂ ਕਿਸਾਨ ਇੱਕ ਆਭਿਮੰਨਿਉ ਹੈ ਤੇ ਉਸ ਨੂੰ ਇਹ ਸਾਰੇ ਕੋਈ ਦਰਵਾਸ਼ਾ ਦੇ ਰੂਪ ਦੇ ਵਿੱਚ ਆਏ ਉਹ ਸੋਰੀ ਕੋਈ ਬਿਸ਼ਮਪਤਾਮਨ ਰੂਪ ਚਾਏ ਕੋਈ ਮਹਾਕਰਨ ਰੂਪ ਦੇ ਵਿੱਚ ਆਏ ਕੋ ਕਿਸੇ ਰੂਪ ਚਾਏ ਉਸ ਨੂੰ ਇੱਕ ਕਟੇਰੇ ਦੇ ਵਿੱਚ ਖੜਾ ਕਰ ਲਿਆ ਤੇ ਸਾਰੇ ਵਾਰ ਉਹ ਤੇ ਕਰ ਰਹੇ ਨੇ ਤੇ ਉਹਨੂੰ ਦੱਸ ਰਹੇ ਨੇ ਉਹ ਉਹਨਾਂ ਨੂੰ ਲੱਗ ਰਿਹਾ ਸੀ ਕਿ ਮੈਂ ਇਹ ਚ ਇਹ ਚੱਕਰ ਵੀ ਨੂੰ ਤੋੜ ਦਾਂਗਾ ਤੇ ਹੁਣ ਸਾਰੇ ਕੱਟ ਰਹੇ ਨੇ ਉਸ ਨੂੰ ਜੇ ਤੁਸੀਂ ਹਰ ਚੀਜ਼ ਦਾ ਬਲੇਮ ਉਸ ਕਿਸਾਨ ਨੂੰ ਕਰ ਰਹੇ ਹੋ ਉਹ ਸਪਰਿਆਂ ਜਿਆਦਾ ਸਿੱੜਦਾ ਕਿਉਂ ਉਹਨੇ ਫੈਕਟਰੀ ਘਰੇ ਲਾਈ ਹੈ ਐਂਡੋਸਲਫਾਨ ਕਿਹਨੇ ਦਿੱਤੀ ਸੀ ਐਂਡੋਸਲਫਾਨ 2012 ਚ ਬੈਨ ਕੀਤੀ ਕੇਰਲਾ ਨੇ ਪਹਿਲਾਂ ਕਾਰਸੋਗੜ ਚ ਜਦੋਂ ਉਥੇ 5000 ਬੱਚੇ ਇਸ ਤਰ੍ਹਾਂ ਦੇ ਹੋਏ ਸੀਏਸੀ ਇੰਡੀਆ ਦੀ ਰਿਪੋਰਟ ਜਦੋਂ ਆਈ ਉਹਨੇ ਕਿਹਾ ਕਿ ਇਹ ਐਂਡੋਸਲਫਾਨ ਦੇ ਕਾਰਨ ਬੱਚੇ ਅਪੰਗ ਹੋ ਰਹੇ ਨੇ ਸਾਡੇ ਜਨਾਬ 2017 ਤੱਕ ਵਿਕਦੇ ਰਹੀ ਹੈ ਔਰ ਉਦੋਂ ਮੈਂ ਅਲਜੀਜ਼ੀਰਾ ਨਾਲ ਇੱਕ ਸਟੋਰੀ ਕਰ ਰਿਹਾ ਸੀਗਾ ਉਦੋਂ ਦੇ ਮਿਸਟਰ ਵਾਲੀਆ ਸੀਗੇ ਸੈਂਟਰ ਹੈਲਥ ਮਿਨਿਸਟਰ ਭਾਜਪਾ ਦੇ ਉਹਦੇ ਨਾਲ ਗੱਲ ਹੋਈ ਕਿ ਇੱਥੇ ਵਿਕ ਰਹੀ ਹੈ ਤੁਹਾਡੇ ਬੋਰ ਦੇ ਵਿੱਚ ਉਹ ਕਹਿੰਦਾ ਹੋ ਸਕਦਾ ਕਿਸੇ ਸਟਾਕਿਸਟ ਕੋਲੇ ਪਈ ਹੋਵੇ ਇਹਦਾ 2017 ਤੱਕ ਐਕਸਪਾਇਰੀ ਡੇਟ ਹੈਗਾ। ਔਰ ਸੁਪਰੀਮ ਕੋਰਟ ਨੇ 2017 ਦੇ ਵਿੱਚ ਇਹ ਕਿਹਾ ਕਿ ਤੁਸੀਂ ਜਿਹੜੇ 5000 ਵਿਕਟਮਾਂ ਇਹਨਾਂ ਨੂੰ 5500 ਕਰੋੜ ਤਾਂ ਇਮੀਡੀਏਟ ਦਿਓ ਤੇ ਇਹਨਾਂ ਦੇ ਰੀਹੈਬਿਲੀਟੇਸ਼ਨ ਸੈਂਟਰ ਖੋਲੋ। ਕਿਉਂ ਐਂਡੋਸਲਫਾਨ ਸਾਡੇ 5 ਜ਼ਿਲਾਂ ਦੀ ਸਿਟੀ ਸੀ। ਸਾਡੇ ਤੁਸੀਂ ਚੁੱਪਚਾਪ ਸਿੱਟ ਕੇ ਵਾਪਸ ਚਲੇ ਗਏ, ਸਾਡੇ ਘਰ ਘਰ 76 ਪਿਛਾ ਕੇ ਚਲੇ ਗਏ ਔਰ ਉਹ ਸੈਂਟਰਸਲਫਾਨ ਨੂੰ ਕਰਨ ਵਾਸਤੇ ਬਹੁਤ ਸਾਰੀਆਂ ਪ੍ਰਕਾਸ਼ਨ ਚਾਹੀਦੀਆਂ ਸੀ। ਉਹ ਤੋਂ ਖੇਤਾਂ 'ਚੋਂ ਲਾਸ਼ਾਂ ਮੁਰਦੀਆਂ ਸੀ ਸਾਡੇ ਸਪਰੇਅ ਕਰਨ ਜਾਂਦੇ ਸੀ ਮਜ਼ਦੂਰ ਖੇਤਾਂ 'ਚ ਹੀ ਰਹਿ ਜਾਂਦੇ ਸੀ ਔਰ ਉਹਨਾਂ ਮਜ਼ਦੂਰਾਂ ਨੂੰ ਕੁਝ ਨਹੀਂ ਮਿਲਿਆ ਅਜੇ ਤੱਕ ਉਹ ਅੱਜ ਵੀ ਅਨਾਥ ਨੇ ਮੈਂ ਜਿਹੜੀ ਤੁਹਾਨੂੰ ਇੱਕ ਗੱਲ ਕਰਕੇ ਹਟਿਆ ਕਿ ਮੈਂ ਬਹੁਤ ਸਾਰੇ ਪਿੰਡ ਇਸ ਤਰ੍ਹਾਂ ਕਾਊਂਟ ਕੀਤੇ ਇੱਕ ਸੰਸਥਾ ਸੀਗੀ ਸਰਵਾਦਾ ਪੜਾ ਉਹਨੇ ਕਿਹਾ ਕਿ ਜਦੋਂ ਉਹਨਾਂ ਨੇ ਕਿ ਡਾਟੇ ਰੱਖੇ ਤਾਂ ਉਹ ਕਹਿੰਦੇ ਅਸੀਂ ਉਹਨਾਂ ਨੂੰ ਅਸੀਂ ਇਹਨਾਂ ਨੂੰ ਪੈਨਸ਼ਨਾਂ ਲਗਾਵਾਂਗੇ ਉਹ ਅਸੀਂ ਇੱਕ ਐਵਰੇਜ ਕੱਢੀ ਕੁਝ ਪਿੰਡਾਂ ਦੀ ਕਿ 35 ਤੋਂ ਲੈ ਕੇ 37.5% 5 ਸਾਲ ਐਵਰੇਜ ਉਮਰ ਆ ਰਹੀ ਸੀ ਵਿਧਵਾਾਂ ਦੀ ਕਿਹੜਾ ਪਿੰਡ ਸੀ ਪਲੀਜ਼ ਨਾ ਨਾਂ ਲੈਣ ਦੋਸਤਾਂ ਜੇ ਤੁਸੀਂ ਨਾਂ ਲੈਣ ਦਿਓਗੇ ਤਾਂ ਮੈਨੂੰ ਲੱਗਦਾ ਕਿ ਉਹ ਹੋਰ ਸਟਿਗਮਾ ਹੋਸਪਿੰਟ ਤੇ ਹੋਊਗਾ ਪੰਜਾਬ ਦਾ ਪਿੰਡ ਹੈ ਪੰਜਾਬ ਦਾ ਹੈ ਅਬੋਰ ਦਾ ਹੈ ਫਾਜ਼ਿਲਕਾ ਦਾ ਇੱਕ ਮਾਲਾ ਪੂਰਾ ਵਿਧਵਾਾਂ ਦਾ ਉਸ ਜਨਾਬ ਉਸ ਉਸ ਘਰ ਦੇ ਚ ਖਰਚੇ ਮੇ ਵੜਿਆ ਸੋਨ ਲਾਲ ਦੇ ਖਰਚ ਵੜਿਆ ਗੇਟ ਖੋਲਿਆ ਤਿੰਨ ਬੱਚੇ ਬੈਠੇ ਨੇ ਤਿੰਨਾਂ ਨੂੰ ਇੱਕ ਨੂੰ ਸੰਗਲ ਪਾਇਆ ਹੋਇਆ ਇੱਕ ਨੂੰ ਵੈਸੇ ਬਿਠਾਇਆ ਹੋਇਆ ਇੱਕ ਨੂੰ ਮੈਂ ਪੁੱਛੇ ਦੀ ਮਾਂ ਕਿਥੇ ਕਹਿੰਦਾ ਕੈਂਸਰ ਨਾਲ ਮਰ ਗਈ ਤਿੰਨ ਬੱਚੇ ਤਿੰਨਾਂ ਫੜੇ ਹੋਏ ਐ ਮੈਂ ਕਿਹਾ ਤੂੰ ਕਿਥੇ ਚੱਲਿਆ ਕਹਿੰਦਾ ਮੈਂ ਹੁਣ ਸਵੇਰ ਸਵੇਰ ਇਹਨਾਂ ਬੱਚਿਆਂ ਦੇ ਉੱਠਣ ਤੋਂ ਪਹਿਲਾਂ ਰੋਟੀ ਮੰਗ ਕੇ ਲਿਆਉਂਗਾ ਬੁੱਸੀਆਂ ਹੋਈਆਂ ਰੋਟੀਆਂ ਰਾਤ ਦੀਆਂ ਤਾਂ ਕਿ ਸੜਕ ਤੇ ਨਾ ਜਾਣ ਤੇ ਔਨ ਦੇ ਸਰ ਮੈਂ ਇਹਨਾਂ ਨੂੰ ਸਾਰਾ ਦਿਨ ਬੁੱਸੀਆਂ ਹੋਈਆਂ ਰੋਟੀਆਂ ਖਵਾਉਂਗਾ ਉਹ ਬੰਦਾ 40 ਸਾਲ ਦਾ ਹੈਗਾ ਉਹ 60 ਸਾਲ ਦਾ ਲੱਗਦਾ ਤੇ ਸਰਕਾਰਾਂ ਤਾਂ ਕਹਿੰਦੀਆਂ ਅਸੀਂ ਮਦਦ ਕਰਦੇ ਪਿਆ ਜਿਹੜੇ ਜਨਾਬ ਜੇ ਸਾਡਾ ਹੈਂਡੀਕੈਪ ਸਰਟੀਫਿਕੇਟ ਉਹਨਾਂ ਨੂੰ ਪਾਵੇ ਨਾ ਸਾਨੂੰ ਅਸੀਂ ਪਹਿਲਾਂ ਬੋਰ ਹੋਣਾ ਪੂਆ ਪਿੰਡ ਤੋਂ ਚੱਲ ਕੇ ਉਸ ਬੰਦੇ ਨੂੰ ਬੋਰ ਵਾਲੇ ਫਾਈਲ ਕਾ ਭੇਜਣਗੇ ਫਾਈਲ ਕਾ ਜਲਾਲਾਬਾਦੇ ਭੇਜਣਗੇ ਫਿਰ ਫਰੀਦਕੋਟ ਜਾਊਗਾ ਫਰੀਦਕੋਟ ਨੂੰ ਡੇਟ ਮਿਲੂਗੀ ਉੱਤੇ ਬੋਰਡ ਦੀ ਡੇਟ ਮਿਲੂਗੀ ਬੋਰਡ ਵਾਲੇ ਦਿਨ ਦੁਆਰਾ ਫੇਰ ਆਏਗਾ ਉਸ ਦਿਨ ਬੋਰਡ ਦੇ ਤਿੰਨ ਡਾਕਟਰ ਐਬਸੈਂਟ ਹੋਣਗੇ ਇਸ ਚੱਕਰ ਚੋਂ ਕਹਿੰਦਾ ਬਸ ਉਹ ਬਣ ਗਿਆ ਸਾਡਾ ਸਰਟੀਫਿਕੇਟ ਔਰ ਪੈਨਸ਼ਨ ਪਤਾ ਕਿੰਨੀ ਦੇਣੇ ਤੁਸੀਂ ਉਹਨਾਂ ਨੂੰ 1500 ਰੁਪਏ ਇੱਕ ਬੱਚਾ ਅਗਰ ਡਿਸੇਬਲ ਹੁੰਦਾ ਮਾ ਤੇ ਪਿਓ ਇਮੇਜਿਨ ਕਰੋ ਸਾਰੇ ਜਿਹੜੇ ਬੈਠ ਕੇ ਸੁਣ ਰਹੇ ਜਿਹੜੇ ਸਾਰਾ ਪੰਜਾਬ ਸਾਰਾ ਦੁਨੀਆ ਸੁਣ ਰਿਆ ਹੈਗਾ ਅਗਰ ਇੱਕ ਬੱਚਾ ਕਿਸੇ ਦੇ ਘਰੇ ਡਿਸੇਬਲ ਹੋ ਜਾਏ ਤੁਹਾਡੇ ਬਿਮਾਰ ਹੀ ਹੋ ਜਾਏ ਬੱਚਾ ਤੁਸੀਂ ਛੁੱਟੀ ਨਹੀਂ ਲੈ ਲੰਦੇ ਉਹ ਬੱਚਾ ਡਿਸੇਬਲਡ ਹੈਗਾ ਉਹ ਕੁਝ ਨਹੀਂ ਖਾ ਪੀ ਸਕਦਾ ਲੈਟਰਨਿੰਗ ਵੀ ਧੋਣੀ ਹੈ ਸਾਰਾ ਕੁਝ ਕਰਨਾ ਹੈ ਮਾਂ ਨਹੀਂ ਕੰਮ ਜਾ ਸਕਦੀ ਪਿਓ ਨਹੀਂ ਕੁਝ ਕਰ ਸਕਦਾ ਉਹਦੇ ਲਈ ਪੈਨਸ਼ਨ ਕਿ ਨਹੀਂ ਤੈਅ ਕੀਤੀ ਤੁਸੀਂ 1500 ਰੁਪਏ ਉਹਨਾਂ ਦਾ ਖਰਚਾ ਪਰ ਉਹਦੇ ਲਈ ਵੀ ਤੁਹਾਨੂੰ 50% ਡਿਸੇਬਲ ਹੋਣਾ ਜ਼ਰੂਰੀ ਹੈ ਉਹਦਾ ਤਾਂ ਖਰਚਾ ਹੀ ਬਹੁਤ ਆ ਉਸ ਬੱਚੇ ਦਾ ਉਹਦਾ ਘੱਟੋ ਘੱਟ ਖਰਚਾ 60000 ਰੁਪਏ ਹੋਰ ਪੰਜਾਬ ਸਰਕਾਰ ਕੋਲੇ ਇੱਕ ਵੀ ਰੀਹੈਬਿਲੀਟੇਸ਼ਨ ਸੈਂਟਰ ਨਹੀਂ ਹੈ ਸਰਕਾਰੀ ਸੈਂਟਰ ਕੋਈ ਨਹੀਂ ਹੈ ਸਰਕਾਰੀ ਸੈਂਟਰ ਨਹੀਂ ਹੈ ਆਰ ਸ਼ੋਰ ਸ਼ੋਰ ਔਰ ਇਹ ਤੋਂ ਵੀ ਖਤਰਨਾਕ ਗੱਲ ਹਰਿਆਣਾ ਤੋਂਰੇ ਇਹਨਾਂ ਕੋਲੇ ਕੋਈ ਓਕੂਪੇਸ਼ਨਲ ਥੈਰੇਪੀ ਟ੍ਰੇਨਿੰਗ ਸੈਂਟਰ ਨਹੀਂ ਹੈ ਸਪੀਚ ਥੈਰੇਪੀ ਦੇ ਲਿਮਟਿਡ ਜਿਹੜੇ ਇੱਕ ਸਪੈਸ਼ਲ ਬਾਬਾ ਫਰੀਦ ਯੂਨੀਵਰਸਿਟੀ ਚ ਹੁੰਦੀਆਂ ਲਿਮਟਿਡ ਸੀਟਾਂ ਨੇ 30 ਤੋਂ ਮਸਾਂ ਮੰਨ ਲਾ ਮੈਂ 50 ਤੱਕ ਪਹੁੰਚੀਆਂ ਹੋਣੀਆਂ ਹਿੱਸੇ ਤੱਕ ਪੂਰੇ ਨਾਰਥ ਇੰਡੀਆ ਨੂੰ ਸਰਵ ਕਰਨਾ ਉਹਨਾਂ ਨੇ ਔਰ ਅੱਧੇ ਬੱਚੇ ਫੋਰਮ ਚਲੇ ਜਾਂਦੇ ਨੇ ਕਿਉਂਕਿ ਤੁਹਾਡੀ ਇੰਡੀਆ ਸਰਕਾਰੀ ਕੇਂਦਰ ਸਰਕਾਰੀ ਕੇਂਦਰ ਪੰਜਾਬ 'ਚ ਹੈਗੇ ਸੀਗੇ ਟ੍ਰੇਨਿੰਗ ਸੈਂਟਰ ਨਹੀਂ ਹੈਗੇ ਜਿਹੜੇ ਟ੍ਰੇਨਰਸ ਨੂੰ ਟ੍ਰੇਨ ਕਰਣਗੇ ਉਸ ਉਹਨਾਂ ਲੋਕਾਂ ਨੂੰ ਜਿਹੜੇ ਪ੍ਰਾਈਵੇਟ ਸੈਂਟਰ ਚਲਾ ਰਹੇ ਨੇ ਸਾਡੇ ਵਰਗੇ ਇਹਨਾਂ ਨੂੰ ਉੜੀਸਾ ਤੋਂ ਮੰਗਾਉਣਾ ਪੈਂਦਾ ਬੰਗਾਲ ਤੋਂ ਮੰਗਾਉਣਾ ਪੈਂਦਾ ਦਿੱਲੀ ਤੋਂ ਇੱਕ ਬੰਦੇ ਦੀ ਜਿਹੜੀ ਹੁਣ ਸੈਲਰੀ 70000 ਤੱਕ ਪਹੁੰਚ ਗਈ ਹੈ ਮੈਕਸਵਾਲ ਕਰ ਲਾ ਹਾਂਜੀ ਗੁੱਸਾ ਲੱਗੂ ਤੁਹਾਨੂੰ ਕਰੋ ਜਦੋਂ ਇਹ ਨੀਤੀ ਘੜੇ ਤੁਹਾਨੂੰ ਸੁਣਨਗੇ ਉਹ ਕਹਿੰਗੇ ਆ ਦਾ ਸੈਂਟਰ ਚਲਾਉਣ ਲਈ ਸਾਨੂੰ ਭੰਡ ਰਿਆ ਬਿਲਕੁਲ ਅਸੀਂ ਕਹਿੰਨੇ ਸਾਰਾ ਸੈਂਟਰ ਤੁਸੀਂ ਆਪਣੇ ਹੈਂਡ ਓਵਰ ਕਰੋ ਮੈਂ ਸਭ ਤੋਂ ਪਹਿਲਾਂ ਹੋਵਾਂਗਾ ਜਿਹੜਾ ਹੈਂਡ ਓਵਰ ਕਰਾਂਗਾ ਕਿਉਂਕਿ ਜਿਸ ਦਿਨ ਇਹਨਾਂ ਨੇ ਕਿਹਾ ਸੀ ਨਾ ਪਿਛਲੇ ਦਿਨੀ ਫਿਰ ਕਿ ਤੁਹਾਡੇ ਸੈਂਟਰ ਦੀ ਇਨਸਪੈਕਸ਼ਨ ਤੇ ਆ ਰਹੇ ਨੇ ਹਿਊਮਨ ਰਾਈਟਸ ਵਾਲੇ ਆ ਰਹੇ ਨੇ ਅਸੀਂ ਚਾਬੀਆਂ ਲੈ ਕੇ ਆਏ ਖੜੇ ਸੀ ਕਿਉਂਕਿ ਉਹ ਸੈਂਟਰ ਸਿਰਫ 12 ਬੱਚੇ ਹੁੰਦੇ 17 ਬੱਚੇ ਹੁੰਦੇ ਨੇ ਉਹ ਚ 8 ਬੱਚੇ ਫਰੀ ਨੇ ਐਨੀ ਟਾਈਮ ਯੂ ਕੈਨ ਗੋ ਅਨ ਕੋਈ ਵੀ ਪੰਜਾਬ ਦਾ ਬੰਦਾ ਇਹ ਕਹੇ ਵੀ ਸਿਰਫ ਇਹ ਫੀਸ ਕਿਣੀ ਵਾਪਿਸ ਮੋੜਤਾ ਹੋਊਗਾ ਇਹਨਾਂ ਨੇ ਹਾਂ ਇਸੋ ਕੇ ਉਹਨਾਂ ਅਸੀਂ ਕੁਝ ਆਪਸ਼ਨ ਨਾ ਦਿੰਨੇ ਆ ਵੀ ਐਂ ਕਰ ਲਓ ਐਂ ਕਰ ਲਓ ਅਸੀਂ 1 ਰੁਪਿਆ ਫੰਡ ਸਾਡੇ ਦੋ ਮੁਖੋਟੇ ਨਹੀਂ ਹੈ ਵੀ ਇੱਕ ਪਾਸੇ ਅਸੀਂ ਕਹੀਏ ਸੇਵਾ ਕਰਦੇ ਆ ਇੱਕ ਪਾਸੇ ਕੰਮ ਕਰਦੇ ਆ ਅਸੀਂ ਕੰਮ ਕਰਦੇ ਜਨਾਬ ਅਸੀਂ ਕਿਉਂ ਕਰੀਏ ਫੜੀ ਇਹ ਸਾਡੀ ਡਿਊਟੀ ਹੈ ਚਲੋ ਛੱਡੋ ਅਸੀਂ ਫੜੀ ਕਿਉਂ ਕਰੀਏ ਸਰਕਾਰਾਂ ਕੀ ਕਰਨੀਆਂ ਪੇੜ ਵੀ ਤੁਸੀਂ ਲਾ ਲਓ ਥੋੜਾ ਜਿਹੜਾ ਜੰਗਲਾਤ ਮੈਂਕਮਾ ਉਹ ਵੀ ਉਹ ਵੀ ਫੇਰੀ ਬੈਠਾ ਹੈਗਾ ਤੇੜ ਤਾਂ ਐਨਜੀਓ ਲਾਉਣ ਬੱਚੇ ਜਿਹੜੇ ਹੈਗੇ ਆ ਉਹ ਤੁਸੀਂ ਸੰਭਾਲੋ ਸਮਾ ਬੱਚਾ ਤਾਂ ਸਮਾਜ ਕਲਿਆਣ ਵਿਭਾਗ ਦੇ ਮੰਤਰੀ ਰਾਮ ਨਾਲ ਦੇ ਗੱਡੀਆਂ ਟੂੰ ਟੂੰ ਕਰਦੇ ਫਿਰਦੇ ਆ ਠੀਕ ਹੈ ਉਹਨਾਂ ਦੀ ਕੋਈ ਰਿਸਪੋਨਸੀਬਿਲਟੀ ਨਹੀਂ ਹੈ ਉਹਨਾਂ ਲਈ ਤਾਂ ਇੱਕ ਇੰਨਾ ਨਹੀਂ ਸਰਿਆ ਉਹਨਾਂ ਨੂੰ ਕਿ ਉਹ ਇੱਕ ਚਾਈਲਡ ਜਿਹੜਾ ਹੈਂਡੀਕੈਪ ਸਰਟੀਫਿਕੇਟ ਲੋਕਲ ਬਣਾ ਦੋ ਅਸੀਂ ਜਿਹਦੋ ਕਹਿ ਰਿਹਾ ਜਿਹੜਾ ਬੰਦਾ ਪ੍ਰਾਈਵੇਟ ਸੈਂਟਰ ਚਲਾਉਣ ਵਾਲਾ ਬੰਦਾ ਇਹ ਗੱਲ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਸਰਕਾਰੀ ਸੈਂਟਰ ਕਿਉਂ ਨਹੀਂ ਖੋਲ ਰਹੇ ਇਹਨਾਂ ਬੱਚਾਂ ਵਾਸਤੇ ਇਹ ਤਾਂ ਅੱਜ ਇੱਥੇ ਦਰਦ ਬੋਲਿਆ ਹੈ ਕਿਉਂਕਿ ਮੇਰੀ ਹੁਣ ਕਪੈਸਿਟੀ ਖਤਮ ਹੋ ਗਈ ਹੈ ਕਿਉਂਕਿ ਜਦੋਂ ਆ ਕੇ ਮੇਰੇ ਕੋਲੇ ਬਹਿ ਜਾਂਦੇ ਕਿ ਸਾਡੇ ਬੱਚੇ ਫੀਸ ਨਹੀਂ ਦੇ ਸਕਦੇ ਸਾਡੇ ਬੱਚੇ ਫੀਸ ਨਹੀਂ ਦੇ ਸਕਦੇ ਸਾਰੇ ਕੋਲ ਫੰਡਸ ਨਹੀਂ ਹੈ ਅਸੀਂ ਫੰਡਸ ਕੋਈ ਸਰਕੂਲ 80G ਨਹੀਂ ਹੈ ਨਾ ਅਸੀਂ FCRA ਦੀ ਸਰਕਾਰ ਨੂੰ ਗੱਲ ਕੀਤੀ ਅਸੀਂ ਕਦੇ ਨਹੀਂ ਕਰਾਂਗੇ ਕਿਉਂ ਨਹੀਂ ਕਰੋ ਨਹੀਂ ਕਰਾਂਗੇ ਡਿਮਾਂਡ ਕਦੇ ਰੱਖੀ ਕਿਉਂਕਿ ਇਨਸਪੈਕਟਰੀ ਰਾਜ ਲਾਗੂ ਹੁੰਦਾ ਹੈ ਮੈਂ ਖੋਰ ਛੋਟਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਵਾਂਗੇ ਬਹੁਤ ਸਾਰੇ ਸਵਾਲ ਹੈ ਕਿ ਆ ਜਿਹੜੇ ਸਵਾਲ ਪੁੱਛਣ ਲਾਜ਼ਮੀ ਹੈਗੇ ਨਹੀਂ ਤਾਂ ਬੱਚਿਆਂ ਦੇ ਸਿਰ ਦੇ ਉੱਤੋਂ ਜੇ ਸਾਇਆ ਹਟਦਾ ਪਿਆ ਤਾਂ ਬੱਚੇ ਜੇ ਅਪਾਜ ਪੈਦਾ ਹੋ ਰਹੇ ਉਹਨਾਂ ਦੀ ਗਿਣਤੀ ਚਾਹੇ ਜਿੰਨੀ ਵੀ ਮਰਚੂ ਹੋਵੇ ਉਹ ਡਾਟਾਬੇਸ ਸਰਕਾਰ ਦੇ ਕੋਲੇ ਹੋਊਗਾ ਪਰ ਜੇ ਸਾਡਾ ਪੁਇਖ ਹੈ ਜਿਹੜਾ ਉਹ ਅਪਾਜ ਅਪੰਗ ਪੈਦਾ ਹੋ ਰਿਹਾ ਉਹਨਾਂ ਨੂੰ ਦਿਮਾਗੀ ਵਿਕਾਸ ਉਹਨਾਂ ਦਾ ਨਹੀਂ ਹੋ ਰਿਹਾ ਸਰੀਰਕ ਵਿਕਾਸ ਨਹੀਂ ਹੋ ਰਿਹਾ ਤਾਂ ਫਿਰ ਸਾਡੇ ਤੇ ਸਵਾਲ ਬਹੁਤ ਸਾਰੇ ਆ ਵਾਪਸ ਆ ਰਹੇ ਮੋਰਤੋ ਦਾ ਸਵਾਗਤ ਕਰਦੇ ਹਾਂ ਡਾਟਾ ਬਿਸਪਲ ਮੈਂ ਬਹੁਤ ਇੰਟਰਸਟ ਕੀਤੇ ਹਾਂ ਤਿੱਕਰ ਪਰ ਜਿੰਨਾ ਦਰਦ ਤੁਸੀਂ ਅੱਜ ਮੈਨੂੰ ਦਿੱਤਾ ਹੈ ਸ਼ਾਇਦ ਮੈਨੂੰ ਇਹਨਾਂ ਦਾ ਦਰਦ ਕਦੇ ਨਹੀਂ ਮਿਲਿਆ ਉਥੋਂ ਦੀ ਮਾਂ ਮਾ ਇਸ ਤੋਂ ਜ਼ਿਆਦਾ ਲਈ ਬੈਠੀਆਂ ਨੇ ਉਹ ਇਹ ਕਹਿ ਰਹੀਆਂ ਨੇ ਕਿ ਸਾਡੇ ਮਰਨ ਤੋਂ ਪਹਿਲਾਂ ਸਾਡੇ ਬੱਚੇ ਮਰ ਜਾਣ ਕੋਈ ਅਸੀ ਮਾਂ ਹੈ ਕਿ ਸਾਡੇ ਤੋਂ ਬਾਅਦ ਇਹਨਾਂ ਦਾ ਕੋਈ ਨਹੀਂ ਹੈ ਸਵੈ ਇੱਛਾ ਮੌਤ ਮੰਗ ਰਹੀਆਂ ਨੇ ਉਹ ਕਿ ਸਾਡੇ ਤੋਂ ਪਹਿਲਾਂ ਸਾਡੇ ਬੱਚੇ ਮਰਨ ਸਾਡੇ ਅੱਖਾਂ 'ਚ ਮਰ ਜਾਣਾਂ ਹੱਥਾਂ 'ਚ ਮਰ ਜਾਣ ਹਾਲਾਤ ਦੇਖੋ ਦਿੰਦਿਆ ਪਿੰਡ ਕਿਕਰ ਗਿਆ ਦੋ ਬੱਚੇ ਸੀ ਉਹਦੇ ਪਹਿਲਾ ਬੱਚਾ 9 ਸਾਲ ਦਾ ਹੋਇਆ ਉਹਨੂੰ ਲੀਵਰ ਫੇਲਿਅਰ ਹੋ ਗਿਆ 25 ਲੱਖ ਰੁਪਏ ਮੰਗਿਆ ਡਾਕਟਰਾਂ ਨੇ ਵਿਚਾਰੇ ਕੋਲ ਟਾਈਕਲ ਟਾਈਕਲ ਜਮੀਨ ਸੀ ਸਾਰੀ ਵੇਚਤੀ ਜਦ ਤੱਕ ਪੈਸੇ ਦਾ ਇੰਤਜ਼ਾਮ ਹੋਇਆ ਬੱਚਾ ਮਰ ਗਿਆ ਪੈਸੇ ਵੀ ਉੱਡ ਗਏ ਮੈਂ 6 ਮਹੀਨੇ ਬਾਅਦ ਫੇਰ ਗਿਆ ਬੱਚੀ ਗੁੰਜਨ ਉਹਦਾ ਵੀ ਲੀਵਰ ਫੇਲਿਅਰ ਹੈ ਘਰ ਵੀ ਹੈ ਨਹੀਂ ਉਹਦੇ ਕੋਲੇ ਜ਼ਮੀਨ ਵੀ ਹੈ ਨਹੀਂ ਸੜਕ ਦੇ ਕਿਨਾਰੇ ਤੇ ਢੋਈ ਜੀ ਬੈਠਾ ਹੈਗਾ ਔਰ 6000 ਪਰ ਮਹੀਨਾ ਉਹਦੀ ਦਵਾਈ ਮਿਨੀਮਮ ਚਾਹੀਦੀ ਉਹਨੂੰ ਲਾਈਫ ਸਪੋਰਟ ਵਾਸਤੇ ਜਿੰਦਗੀ ਜਿਉਣ ਵਾਸਤੇ ਨਹੀਂ ਰਾਈਟ ਰਾਮਕਮਰ ਢਾਈ ਕਿਲੇ ਜ਼ਮੀਨ ਦਾ ਮਾਲਕ ਸੀ ਇੱਕ ਬੱਚੀ ਮੈਂਟਲ ਸੀ ਉਹਦਾ ਇਲਾਜ ਕਰਾਉਂਦਾ ਸੀ ਕਦੇ ਆਪ ਦਾ ਨਰਮੇ ਦੇ ਖੇਤੀ ਬਾਰ ਬਾਰ ਉਜੜਦੇ ਸੀ ਠੇਕੇ ਲੰਦਾ ਸੀ ਸੇਲ ਲੰਦਾ ਸੀ ਅਖੀਰ ਤੇ ਜਾ ਕੇ ਉਸੇ ਪਿੰਡ ਦਾ ਰਾਮਕਮਰ ਸੀ ਜਿਹੜਾ ਉਹ ਫਾਇਟ ਉਹਨੇ ਫਾਂਸੀ ਲੈ ਲਈ ਅੱਜ ਉਹਦੀ ਬੇਟੀ ਜਿਹੜੀ ਹੈ ਉਹ ਰੋਜ਼ ਬਿਸਤਰਾ ਬਿਸ਼ਾਕੇ ਸੁਂਦੀ ਹੈ ਕਿ ਮੇਰਾ ਪਾਪਾ ਮਰਿਆ ਨਹੀਂ ਆਊਗਾ ਕਿਉਂਕਿ ਨਾਲ ਸੁਂਦੀ ਸੀ ਉਹਦੇ ਔਰ ਉਥੋਂ ਦੇ ਜਿਹੜੇ ਆੜਤੀਏ ਸੀਗੇ ਉਹਨਾਂ ਨੇ 25-25 ਲੱਖ ਦੇ ਚੈੱਕ ਲਾਏ ਹੋਏ ਉਹਨਾਂ ਨੇ 15-15 ਲੱਖ ਦੇ ਚੈੱਕ ਲਾਏ ਹੋਏ ਕਿ ਜਿਹੜੀ ਤਰਕਰਾਰ ਭਾਈਕਲੇ ਜਮੀਨ ਆ ਇਹ ਵੀ ਗ੍ਰੈਬ ਕਰਨੀ ਆ ਔਰ ਉਥੋਂ ਦੀ ਜਿਹੜੀ ਪੁਲਿਸ ਪ੍ਰਸ਼ਾਸਨ ਉਥੋਂ ਐਡਮਿਨਿਸਟ੍ਰੇਸ਼ਨ ਉਹ 8 ਮਹੀਨਿਆਂ ਤੋਂ ਉਹਨਾਂ ਨੂੰ ਨਿਆਂ ਦੇਣ ਦੀ ਬਜਾਏ ਉਹਨਾਂ ਨੂੰ ਰੋਜ਼ ਫਾਈਲ ਕਾਬ ਲਾਂਦੇ ਆ ਇਹ ਸਾਡੇ ਉਥੋਂ ਦੀ ਤਰਾਸਦੀ ਹੈ ਜਨਾਬ ਉਹ ਉਹ ਵੀ ਮਰਨਗੇ ਮੈਂ ਕਹਿੰਦਾ ਵੀ ਜੇ ਦੀਂਦਿਆਲ ਦੀ ਗੱਲ ਕਰਦੇ ਹਾਂ ਉੱਠਦਾ ਕਾਹਤ ਵਾਸਤੇ ਤੁਸੀਂ ਸੋਚ ਸਕਦੇ ਹੋ ਕਿਉਂ ਉੱਠ ਰਿਹਾ ਹੋਊਗਾ ਸੋ ਕੇ ਕਿਉਂ ਪਾਣੀ ਪੀਂਦਾ ਉੱਠ ਕੇ ਹੋ ਕਿਉਂ ਪੀ ਕਿਉਂ ਪੀ ਬਿਓ ਜਿਹਦਾ ਬੱਚਾ ਨਹੀਂ ਹੈ ਦੂਜਾ ਬੱਚਾ ਮਰਨ ਵਾਲਾ ਉਹਦੀ ਮੋਤ ਨੂੰ ਢਿਕ ਰਿਹਾ ਠੀਕ ਹੈ ਕਿਸ ਨੂੰ ਡੱਡਪਿਤਪਲ ਫਿਰ ਕੋਈ ਪੋਲ ਦਾ ਤਾਂ ਕੰਮ ਕਰਨਾ ਪਊਗਾ ਨਾ ਤੁਸੀਂ ਜੇ ਸਰਕਾਰਾਂ ਤੁਹਾਡੇ ਤੱਕ ਪਹੁੰਚ ਨਹੀਂ ਕਰ ਰਹੀਆਂ ਤੁਸੀਂ ਪਹੁੰਚ ਕਰ ਲਓ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੇ ਥਰੂ ਰਿਪੋਰਟ ਮੈਂ ਮੈਂ ਉਸ 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 ਦਰੋਂ ਦਾ ਸ਼ਿਸ਼ੇ ਹਾਂ ਡਾਕਟਰ ਅਮਰ ਸਿੰਘ ਯਾਦਦਾ ਮੈਂ ਉਹਦਾ ਜ਼ਿਕਰ ਕਰਨਾ ਚਾਹ ਰਿਹਾ ਸੀ ਮੈਂ ਉਸ ਦਰਾਨਾਚਾਰੇ ਦੇ ਸ਼ੀਸ਼ੇ ਤੁਹਾਨੂੰ ਡਰ ਨਹੀਂ ਲੱਗਦਾ ਉਹਨਾਂ ਤੋਂ ਵੀ ਬੜੇ ਪਰਚੇ ਹੋਏ ਆ ਤੁਹਾਡੇ ਤੇ ਵੀ ਹੋਏ ਆ ਬਸ ਕਿ ਇਹ ਰੋਜ਼ ਦੀ ਰੋਜ਼ ਦਾ ਪਰਚੇ ਪਰਚੀਆਂ ਰੋਜ਼ ਦਾ ਖੇਲ ਹੈ ਤੁਸੀਂ ਅੱਜ ਅੱਜ ਵੀ ਉਵੇਂ ਹੀ ਬੋਲਦੇ ਪਿਛੇ 15 ਸਾਲ ਪਹਿਲਾਂ ਬੋਲਦੇ ਪਿਛੇ ਸੀ ਜਦੋਂ ਮੈਂ ਸਫਰ ਕੀਤਾ ਹੈ ਅੱਜ ਤੱਕ ਸਫਰ ਕਰ ਰਹੇ ਹਾਂ ਮੇਰਾ ਬੇਟਾ ਹੋਇਆ ਡੇਢ ਸਾਲ ਬਾਅਦ ਬੋਲਣਾ ਬੰਦ ਹੋ ਗਿਆ ਆਟਿਜ਼ਮ ਚਲਾ ਗਿਆ ਮੈਂ ਉਹਦੇ ਨਾਲ 8 ਸਾਲ ਤੋਂ ਅੱਜ ਵੀ ਸਫਰ ਕਰ ਰਹੇ ਹਾਂ ਅੱਜ ਮੈਨੂੰ ਉਹਦੀ ਆਈਡੈਂਟੀਟੀ ਲੂਜ਼ ਕਰਨੀ ਪੈ ਰਹੀ ਹੈ राइट right? परसों बेटी ਨੂੰ ਘਰੇ ਲੈ ਕੇ ਆਇਆ 11 ਐਂਟੀਬਾਇਓਟਿਕਸ ਲੱਗੀਆਂ ਤਾਂ ਜਾ ਕੇ ਉਹਦੀ ਇਨਫੈਕਸ਼ਨ ਠੀਕ ਹੋਈ ਆ ਔਰ ਡਾਕਟਰਾਂ ਨੇ ਕਹਿੰਦਾ ਥੈਲੇਸੀਮੀਆ ਚੈੱਕ ਕਰਾਓ ਆਈ ਕੰਬੀ ਆਨੇ ਆ ਔਰ ਪੰਜਾਬ ਇਹ ਇਹ ਪਾਣੀ ਦੀ ਵਜ੍ਹਾ ਕਰਕੇ ਆ ਇੱਥੋਂ ਦੇ ਰਹਿ ਕੀ ਆ ਤੁਹਾਡੇ ਕੋਲੇ ਪਾਣੀ ਪਹਿਲਾਂ ਜੀਓ ਨਹੀਂ ਜਿਹੜੇ ਤੁਹਾਡੇ ਬੱਚਿਆਂ ਨੂੰ ਵੀ ਹੋਇਆ ਉਹ ਪਾਣੀ ਦੀ ਵਜ੍ਹਾ ਕਰਕੇ ਆ ਖੇਤੀ ਦੀ ਵਜ੍ਹਾ ਕਰਕੇ ਤੁਸੀਂ ਕਿਵੇਂ ਬਚ ਸਕਦੇ ਹੋ ਤੁਸੀਂ ਕਿਵੇਂ ਬਚ ਸਕਦੇ ਹੋ ਇਹ ਤਾਂ ਐਵੇਂ ਆ ਕਿ ਬਿੱਲੀ ਦੇਖ ਕੇ ਕਬੂਤਰ ਜੇ ਅੱਖਾਂ ਮੀਚਦਾ ਵੀ ਮੇਰੇ ਤਾਂ ਨਹੀਂ ਹੈ ਇਹ ਅਜਨਕਲ ਤਾਂ ਹੀ ਜਾਊਗਾ ਨਹੀਂ ਉਹ ਕਿਸੇ ਪੈਥੀਚ ਇਲਾਜ ਵੀ ਨਹੀਂ ਹੈ ਉਸ ਦਾ ਕਿਸੇ ਥੈਲੈਸੀਮੀਆ ਦਾ ਹੋਇਆ ਜਦੋਂ ਤੁਹਾਡੇ ਜੈਨੇਟਿਕ ਮਿਊਟੇਸ਼ਨਾਂ ਹੋ ਰਹੀਆਂ ਦੇਖੋ ਵਾਲ ਚਿੱਟੇ ਹੋਣਾ ਇਹ ਬਹੁਤ ਵੱਡਾ ਤੁਸੀਂ ਜ਼ਿਕਰ ਕਰ ਰਹੇ ਹੋ ਮੈਂ ਸਾਰੇ ਜੈਨੇਟਿਸ਼ੀయన్స్ ਨੂੰ ਕਹਿੰਨਾ ਤੁਸੀਂ ਘਰਾਂ ਚੋਂ ਬਾਹਰ ਨਿਕਲੋ ਤੁਸੀਂ ਪੈਡੀਟਿਸ਼ਨੋ ਤੁਸੀਂ ਘਰਾਂ ਚੋਂ ਬਾਹਰ ਨਿਕਲੋ ਐਪੀਡੈਮੋਲੋਜਿਸਟ ਹੋ ਤੁਸੀਂ ਘਰਾਂ ਚੋਂ ਬਾਹਰ ਨਿਕਲੋ ਐਸਪੀਐਮ ਵਾਲਿਓ ਤੁਸੀਂ ਘਰਾਂ ਚੋਂ ਬਾਹਰ ਨਿਕਲੋ ਤੁਸੀਂ ਉਹਨਾਂ ਖਿੱਤਿਆਂ ਚ ਜਾ ਕੇ ਐਪੀਡੈਮੋਲੋਜੀਕਲ ਮੈਪਿੰਗ ਕਰੋ ਉਥੋਂ ਦੇ ਕਾਰਨ ਜਾਣੋ ਕਿਉਂ ਲੋਕ ਬਿਮਾਰ ਹੋ ਰਹੇ ਨੇ ਗੁਰਦੇ ਜੇ ਫੇਲ ਹੋ ਰਹੇ ਨੇ ਗੁਰਦੇ ਬਦਲਣਾ ਇਲਾਜ ਨਹੀਂ ਹੈ ਉਹ ਦੂਜਾ ਬਦਲੋਗੇ ਦੂਜਾ ਵੀ ਫੇਲ ਹੋ ਜਾਊਗਾ ਉਥੇ 16-16 ਸਾਲ ਦੇ ਬੱਚਿਆਂ ਦੇ ਗੁਰਦੇ ਫੇਲ ਹੋਏ ਆਂ ਔਰ ਬਦਲੇ ਗਏ ਆ ਮਾਵਾ ਨੇ ਦਿੱਤੇ ਆ ਬੱਚੇ ਫੇਰ ਵੀ ਨਹੀਂ ਬਚੇ ਆ ਕਿਉਂਕਿ ਕਾਰਨ ਤਾਂ ਮੌਜੂਦ ਸੀਗਾ 16 ਸਾਲ ਦੇ ਬੱਚੇ ਦਾ ਜਿਹਨੇ 70 ਸਾਲ ਕਿੱਦਨੇ ਕੱਢਣੇ ਸੀ 16 ਸਾਲ ਜਵਾਬ ਦੇਗੀ ਔਰ ਇੱਕ ਹੋਰ ਇੰਟਰਸਟਿੰਗ ਗੱਲ 4-4 ਸਾਲ ਦੇ ਬੱਚਿਆਂ ਜਦੋਂ ਗੁਰਦੇ ਫੇਲ ਹੋ ਜਾਂਦੇ ਆ ਤਾਂ ਸਾਡੇ ਕੋਲ ਸਰਕਾਰੀ ਹਸਪਤਾਲ ਨਹੀਂ ਉਹ ਡਾਇਲਿਸਿਸ ਕਰਦੇ ਤੇ ਇਹ ਖਬਰਾਂ ਮਿਸਿੰਗ ਕਿਉਂ ਆ ਸਾਡੇ ਕੋਲ ਕਿਉਂਕਿ ਅਸੀਂ ਚੰਡੀਗੜ੍ਹ ਚ ਬਹਿ ਕੇ ਖਬਰ ਬਣਾਉਨੇ ਆ ਕੋਈ ਨਹੀਂ ਪਹੁੰਚਦਾ ਉੱਥੇ ਪਹੁੰਚਦੇ ਉਹਦੇ ਲਈ ਆਈ ਚਾਹੀਦੀਆਂ ਅੱਖਾਂ ਚਾਹੀਦੀਆਂ ਤੁਸੀਂ ਉੱਪਰ ਉੱਪਰ ਸਾਰਾ ਪਿੰਡ ਹੈਲਦੀ ਦਿੱਖਦਾ ਹੋਊਗਾ ਤੁਹਾਨੂੰ ਤੁਹਾਨੂੰ ਆਈ ਚਾਹੀਦੀਆਂ ਉੱਥੇ ਡਾਕਟਰ ਯਾ ਡਾਕਟਰ ਮਰਸਿੰਗ ਯਾਦਵਰਗਾ ਇੱਕ ਦਰੋਂਣਾ ਚਾਹੀਦਾ ਸਾਡੇ ਕੋਲ ਤਾਂ ਸਪੈਸ਼ਲਿਸਟ ਡਾਕਟਰ ਨਹੀਂ ਹੈਗੇ ਨਹੀਂ ਹੈਗੇ ਨੇ ਐਸੀ ਗੱਲ ਨਹੀਂ ਹੈਗੇ ਨੇ ਲੇਕਿਨ ਹਰ ਕੋ ਆਪਣੇ ਆਪਣੇ ਡਰਚ ਨੂੰ ਨਿਕਲbaar ਨਿਕਲ ਪਾ ਰਿਹਾ ਉਥੇ ਪਿਆਰੇ ਲਾਲ ਗਰਗਵਰਗੇ ਡਾਕਟਰ ਵੀ ਚਾਹੀਦੇ ਨੇ ਮੈਨੂੰ ਯਾਦ ਹੈ ਪਿਆਰੇ ਲਾਲ ਗਰਗਨੇ ਇੱਕ ਕਾਨਫਰੰਸ ਦੇ ਵਿੱਚ ਜਦੋਂ ਇਹਨਾਂ ਨੇ ਕੈਂਸਰ ਦਾ ਸਰਵੇ ਕੀਤਾ ਮੈਂ ਜੇ ਗਲਤ ਨਾ ਆਵਾਂ ਮੇਰੀ ਜੇ ਮੈਮਰੀ ਮੈਨੂੰ ਉਦੋਂ ਇਹਨਾਂ ਨੂੰ ਪਤਾ ਹੈ ਕਿ ਪ੍ਰਪੋਜ਼ਲ ਆਈਸੀ ਕਾਰਪੋਰੇਟ ਹਸਪੀਟਲਾਂ ਦੁਆਰਾ ਵੀ ਇੱਕ ਮੈਕਸ ਦਾ ਬਣਾ ਦਿਓ ਰੇਡੀਓਥੈਰੇਪੀ ਸੈਂਟਰ ਇੱਕ ਇਹ ਬਣਾ ਦਿਓ ਇੱਕ ਇਹ ਬਣਾ ਦਿਓ ਉਹਦੇ ਕੇ ਇਹ ਮਹਾਨ ਇੱਕ ਸਕਸ਼ੀਤ ਸਿੰਘ ਜੀ ਨੇ ਕਿਹਾ ਸੀ ਕਿ ਤੁਸੀਂ ਸਰਕਾਰੀ ਹਸਪਤਾਲਾਂ 'ਚ ਜਿਹੜੇ ਰੇਡੀਓਥੈਰੇਪੀ ਸੈਂਟਰ ਬਣਾਓ ਆਪਦੇ ਜਿੰਨਾ ਤੁਸੀਂ ਇਹਨਾਂ ਨੂੰ ਲੁਟੇਰਿਆਂ ਨੂੰ ਦਿਓਗੇ ਪੈਸੇ ਐਨ ਲਈ ਕੰਟਰੈਕਟ ਸਾਈਨ ਐਮਓ ਸਾਈਨ ਕਰ ਰਹੇ ਹਾਂ ਇਹਨੇ ਥੋੜੇ ਆਪ ਦੇ ਸਾਰੀ ਉਮਰ ਵਾਸਤੇ ਬਣਣਗੇ ਤੇ ਇਹ ਜਿਹੜੇ ਰੇਡੀਓਥੈਰਪੀ ਸੈਂਟਰ ਜਿਹੜੇ ਸਰਕਾਰੀ ਕਾਲਜਾਂ ਚ ਬਣੇ ਇਹ ਬਿਕੋਜ਼ ਆਫ ਹਿਮ ਮੈਂ ਉਸ ਕਾਨਫਰੈਂਸ ਵਿੱਚ ਮੌਜੂਦ ਸੀ ਡਾਕਟਰ ਗਰਗਹਰਾਂ ਨੇ ਤਾਂ ਬਹੁਤ ਘੱਟ ਪੈਸਿਆਂ ਦੇ ਵਿੱਚ ਸਾਰਾ ਸਰਵੇ ਕਰਕੇ ਦਿਖਾਤਾ ਸੀ ਕੈਂਸਰ ਬਹੁਤ ਕਰਕੇ ਦਿਖਾਇਆ ਐਸੇ ਬੰਦਿਆਂ ਨੂੰ ਖੁੱਡੇ ਲੈਣ ਲਾਇਆ ਹੋਇਆ ਨਹੀਂ ਜਿਹੜੇ ਜਿਹੜੇ ਤੁਹਾਡੇ ਵਰਗੇ ਐਕਟਿਵਿਸਟ ਡਾਕਟਰ ਗਰਗ ਹੋਗੇ ਡਾਕਟਰ ਆਜਾਦ ਹੋਵੇ ਡਾਕਟਰ ਆਜਾਦ ਦਾ ਤੁਸੀਂ ਡਾਕਟਰ ਅਮਰ ਸਿੰਘ ਯਾਦ ਇੱਕ ਚੱਲਦਾ ਫਿਰਦਾ ਇੰਸਟੀਚੂਟ ਹੈ ਹੈਲਥ ਐਂਡ এনवायरमेंट ਦਾ ਨਹੀਂ ਸਰਕਾਰਾਂ ਮਦਦ ਕਿਉਂ ਨਹੀਂ ਲੈਣਾ ਚਾਹੁੰਦੀਆਂ ਡਾਕਟਰ ਗਰਗ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਆਜ਼ਾਦ ਦਾ ਜ਼ਿਕਰ ਕੀਤਾ ਇਹਨਾਂ ਦੀ ਮਦਦ ਕਿਉਂ ਨਹੀਂ ਲੈਣਾ ਚਾਹੁੰਦੀਆਂ ਡਾਕਟਰ ਆਜ਼ਾਦ ਦਾ ਜੋ ਕੰਡੀਸ਼ਨ ਨਾ ਚਲੋ ਇਸ ਵਕਤ ਸਰਕਾਰ ਮਦਦ ਨਹੀਂ ਲੈ ਸਕਦੀ ਉਹਨਾਂ ਦੀ ਪਰ ਡਾਕਟਰ ਗਰਗ ਤੋਂ ਤਲੀਤੀ ਜਾ ਸਕਦੀ ਮਦਦ ਨਹੀਂ ਲੈਣਗੇ ਕਿਉਂਕਿ ਇਹ ਕਾਰਪੋਰੇਟ ਸਰਕਾਰ ਸਰਕਾਰ ਕਾਰਪੋਰੇਟ ਨੂੰ ਨਹੀਂ ਚਲਾਉਂਦੀ ਕਾਰਪੋਰੇਟ ਸਰਕਾਰ ਨੂੰ ਚਲਾਉਂਦੀ ਹੈ ਉਹ ਤਾਂ ਫਿਰ ਤੁਹਾਡੇ ਕੋਲ ਵੀ ਆਏ ਹੋਣੇ ਆ ਕਿਉਂ ਕਿਉਂ ਬੋਲਦੇ ਪਏ ਪੈਸਟੀਸਾਈਡ ਦੇ ਖਿਲਾਫ ਕਿਉਂ ਬੋਲਦੇ ਪਏ ਤੁਸੀਂ ਕਿਉਂ ਯੂਰੇਨੀਅਮ ਦੀ ਗੱਲ ਕਰਦੇ ਪਿਓ ਕਿੰਨੇ ਵਾਰੀ ਤੇ ਕਿਹਾ ਤੁਹਾਡੀ ਰਿਸਰਚ ਤੇ ਵੀ ਸਵਾਲ ਉੱਠੇ ਹੋਣਗੇ ਕਿੰਨੇ ਵਾਰੀ ਤੇ ਕਿਹਾ ਉਦੋਂ ਰਵੀਸ਼ਰ ਗਿੱਲ ਜੇ ਰਵੀਸ਼ਰ ਗਿੱਲ ਤੇ ਭਗਵੰਤ ਮਾਨ ਖੁਦ ਨਾ ਹੁੰਦੇ ਮਾਨ ਸਾਹਿਬ ਦਾ ਧੰਨਵਾਦ ਜੇ ਇਹਨਾਂ ਨੇ ਮੇਰੇ ਹੱਕ ਚ ਰੋਡ ਸ਼ੋ ਕੀਤਾ ਸੀ ਫਰੀਦਕੋਟ ਦੇ ਵਿੱਚ ਉਹ ਤੱਕ ਤਾਂ ਇਹਨਾਂ ਨੇ ਮੇਰੇ ਸੈਂਟਰ ਨਹੀਂ ਬੰਦ ਖੋਲਣ ਦਿੱਤਾ ਸਾਨੂੰ ਔਰ ਸਾਡੇ ਕਿਸੇ ਦਾ ਲੈ ਜੋ ਜਾ ਕੇ ਨਹੀਂ ਤੇ ਹੁਣ ਆ ਤੁਹਾਡੀ ਗੱਲ ਬਾਤ ਸੁਣ ਕੇ ਮਿਸਟਰ ਮਾਨ ਤਨ ਬੁਲਾਉਣ ਕੇ ਜਾਓਗੇ ਮੈਂ ਗੱਲ ਰੱਖਣ ਜਾਵਾਂਗਾ ਗੱਲ ਰੱਖਣ ਜਾਵਾਂਗਾ ਪਰ ਸਮਝੋਤਾ ਨਹੀਂ ਉਹ ਤਾਂ ਕਰਨ ਕਿ ਮੈਂ ਤੇ ਦੋਸਤ ਨੂੰ ਸੱਦਰਿਆ ਦੋਸਤ ਨੇ ਸੱਦ ਦੋਸਤੀ ਤਾਂ ਮੈਂ ਦੋਸਤ ਹੋਰ ਤਾਂ ਮਾਰਾ ਥੋੜੀ ਹੂੰ ਬਹੁਤ ਇਮੋਸ਼ਨਲ ਬੰਦਾ ਹੈ ਹੀ ਇਮੋਸ਼ਨਲ ਪਰਸਨ ਰਾਈਟ ਮੈਨੂੰ ਪਤਾ ਹੈ ਉਹ ਉੱਥੇ ਕੋਲਿਆਂ ਤੇ ਬਹਿ ਬਹਿ ਕੇ ਰੋਂਦਾ ਹੁੰਦਾ ਸੀ ਠੀਕ ਹੈ ਇੱਕ ਲੜਕੀ ਸੀ ਉਹਦੇ ਅੱਖ ਜਿਹੜੀ ਸੀ ਜਦੋਂ ਹੈਟਾਂਏ ਕਰਦੀ ਸੀ ਤਾਂ ਅੱਖ ਬਾਹਰ ਆ ਜਾਂਦੀ ਸੀ ਤੇਜ ਰੋਇ ਲੈ ਦੇ ਵਿੱਚ ਆਉਂਦੀ ਸੀ ਘਟਾਣੀ ਤਾਂ ਆਉਂਦੀ ਸੀ ਰਾਈਟ ਫੇਰ ਅੰਦਰ ਚਲੀ ਜਾਂਦੀ ਸੀ ਆਪੇ ਅੰਦਰ ਪਾ ਲੈਂਦੀ ਸੀ ਇਸ ਸਟ੍ਰਾਂਗ ਕੇਸ ਦੇ ਕਿ ਉੱਥੇ ਇਥੇ ਜਸਮੀਨ ਸਿੰਘ ਇੱਕ ਜਰਨਲਿਸਟ ਸੀਗੀ ਉਹ ਉਹਨੇ ਤੁਹਾਡੀ ਤਰ੍ਹਾਂ ਸਵਾਲ ਕੀਤਾ ਕਹਿੰਦੇ ਤੁਸੀਂ ਇਹ ਗੱਲ ਮੈਂ ਨਹੀਂ ਮੰਨਦੇ ਮੈਨੂੰ ਪਤਾ ਹੈ ਉਹ ਸੁਣਦੀ ਹੋएगी ਸ਼ਾਇਦ ਕਿਤੇ ਅਬਰੋਡ ਦੇ ਵਿੱਚ ਆ ਹੁਣ ਉਹ ਜਿਹੜੇ ਘਰ ਚ ਜਾ ਰਹੀ ਸੀ ਨਾਲੇ ਤਾਂ ਰੋਈ ਜਾਂਦੀ ਸੀ ਤੇ ਨਾਲੇ ਪੈਸੇ ਘੜਕੜ ਕੇ ਫੜਾਈਂ ਹਸਾਲੇ ਆਲੇ 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 ਉਹ ਕਹਿੰਦੀ ਮੈਨੂੰ ਹਾਰਟ ਐਕ ਹੋ ਜਾਣਾ ਇੱਥੇ ਤੁਸੀਂ ਅੰਦਰ ਨਹੀਂ ਵੜਦੇ ਪਿੰਡ ਚ ਬਾਹਰ ਖੜ ਕੇ ਦੇਖਦੇ ਤੇਰੇ ਪਿੰਡ ਦੀ ਹਾਲਤ ਕੀ ਆ ਨਾ ਠੀਕ ਹੈ ਬਈ ਕਿਉਂਕਿ ਉਹਨਾਂ ਲੋਕਾਂ ਨੂੰ ਹਰ ਚੀਜ਼ ਨੂੰ ਜਿਉਣਾ ਆ ਗਿਆ ਉਹਨਾਂ ਨੂੰ ਐਕਸੈਪਟ ਕਰਨਾ ਆ ਗਿਆ ਦਰਪਿਤ ਵਾਲੇ ਗੱਲ ਕਰਾਂ ਹਾਂ ਤੁਸੀਂ ਨਹੀਂ ਸਰਕਾਰਾਂ ਤਾਂ ਗੱਲ ਕਰਨੀ ਹੈ ਸਰਕਾਰ ਤੁਹਾਡੇ ਤੱਕ ਆਉਂਦੀ ਹੈ ਤੁਸੀਂ ਫਿਰ ਗੱਲ ਕਰ ਕਰ ਬਿਲੋਗੇ ਮੇਰਾ ਸਵਾਲ ਆ ਸਾਨੂੰ ਦੋ ਡਾਟਾ ਦੇਵਾਂਗੇ ਜਿੰਨਾ ਡਾਟਾ ਚਾਹੀਦਾ ਉਹਨਾਂ ਉਹਨਾਂ ਦੇਵਾਂਗਾ ਜਿੰਨਾ ਤਨੂ ਇੱਕ ਇੱਕ ਪਿੰਡ ਦਾ ਪਾਣੀ ਤਾਂ ਸਿੰਪਲ ਤੋਂ ਬੜਾ ਕ ਪਕੜਾ ਦਾਂਗਾ ਇਹ ਹਵਾ ਚ ਗੱਲ ਨਹੀਂ ਕਰਦੇ ਅਸੀਂ ਮੈਂ ਕਦੇ ਵੀ ਹਵਾ ਚ ਗੱਲ ਨਹੀਂ ਕਰਦਾ ਜਿਵੇਂ ਕਿ ਮੈਨੂੰ ਫੈਕਟ ਫੈਕਟ ਨਹੀਂ ਹੈ ਕਲੀਅਰ ਹੁਣ ਇਹਨਾਂ ਨੇ ਰਾਉਂਡ ਬੈਨ ਕੀਤੀ ਹੈ ਪੰਜਾਬ ਚ ਮੈਨੂੰ ਸਵਾਲ ਦਾ ਜਵਾਬ ਦਿਓ ਰਾਉਂਡ ਆਫ ਬੈਂ ਕਿਉਂ ਕੀਤੇ ਕਾਨ ਸਿੰਘ ਪੰਨੂ ਜਵਾਬ ਦੇਦੇ ਰਾਉਂਡ ਆਫ ਬੈਂ ਤੁਸੀਂ ਕਿਉਂ ਕੀਤੇ ਕਨੇ ਹੈਲਥ ਲਈ ਖਤਰਨਾਕ ਹੈ ਕੈਂਸਰ ਕਾਰਕ ਹੈ ਕਿਉਂ 25 ਸਾਲ ਤੱਕ ਥੋੜਾ ਹੈਲਥ ਜਿਹੜੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚੱਕ ਮਾਰਦੀ ਰਹੀ ਔਰ ਇੰਟਰਸਟਿੰਗ ਗੱਲ ਜਿਹੜੇ ਲੋਕ ਜਾਣਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਦੋਂ ਮਨਸੈਂਟੋ ਸੀ ਇੱਥੋਂ ਦੇ ਰਿਸਰਚ ਪ੍ਰੋਜੈਕਟਾਂ 'ਚ ਮਨਸੈਂਟੋ ਹਿੱਸਾ ਪਾਉਂਦੀ ਰਹੀ ਹੈ ਹੁਣ ਬਾਹਰ ਪਾਰੀ ਆ ਉਹ ਪੰਜਾਬ ਦੀ ਕਿਵੇਂ ਹੋ ਸਕਦੀ ਜਿੱਥੇ ਜਿਹੜੀ ਸਰਕਾਰ ਨੇ ਜੀਐਮ ਸਰੋਂ ਲਾਉਣ ਦੀ ਆਗਿਆ ਨਹੀਂ ਦਿੱਤੀ ਉਹਦੀ ਧਰਤੀ ਦੇ ਵਿੱਚ ਬਿਨਾ ਪਰਮਿਸ਼ਨ ਤੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਜੀਐਮ ਸਰੋਂ ਦਾ ਟਰਾਇਲ ਲਗਾਇਆ ਹੋਇਆ ਅਸੀਂ ਇਹ ਤੁਸੀਂ ਤੁਸੀਂ ਕਿਸ ਪੰਜਾਬ ਦੀ ਗੱਲ ਕਰ ਰਹੇ ਹੋ ਇਹ ਤਾਂ ਅੰਦਰ ਤੁਹਾਨੂੰ ਉਹ ਕਹਿੰਦੇ ਨੇ ਸਰਕਾਰਾਂ ਸੁਰੱਖਣਾ ਕੁਝ ਨਹੀਂ ਤੁਸੀਂ ਇੱਕ ਮੈਂ ਸੁਣਿਆ ਇਸ ਸਰਕਾਰਾਂ ਸਕੂਨਾਂ ਕੁਛ ਨਹੀਂ ਇਹ ਤਾਂ ਸਾਡੀਆਂ ਦੁਕਾਨਾਂ ਨੇ ਨੇ ਅਸੀਂ ਕੁਲਮ ਲੱਕ ਮੋਤਾਂ ਦੀ ਖੇਤੀ ਕਰਦੇ ਪਏ ਅਸੀਂ ਨਹੀਂ ਕਰ ਰਹੇ ਕਰਵਾਈ ਚਾਰੀ ਹੈ ਮੈਂ ਇੱਕ ਹੋਰ ਬ੍ਰੇਕ ਲਗਾ ਰਿਹਾ ਡਾਟਰ ਪ੍ਰੇਤਪਾਲ ਨੂੰ ਸੁਣਦੇ ਹੋਏ ਮੇਰਾ ਮੇਰੀ ਹਿੰਮਤ ਨਹੀਂ ਪੈ ਰਹੀ ਕਿ ਮੈਂ ਬ੍ਰੇਕ ਲੈ ਸਕਾਂ ਪਾਰ ਪੰਜਾਬ ਜਿਸ ਮਹਾਨੇ ਤੇ ਖੜਾ ਜੇ ਬੱਚਿਆਂ ਤੇ ਐਂ ਬ੍ਰੇਕ ਲੱਗਦੀ ਰਹੀ ਤਾਂ ਅਸੀਂ ਤੁਸੀਂ ਨਹੀਂ ਹੋਵਾਂਗੇ ਵਾਪਸ ਆ ਰਿਹਾ ਮਰਦ ਤੁਹਾਡਾ ਸਵਾਗਤ ਕਰਦਾ ਗੱਟ ਪ੍ਰਿਤਪਾਲ ਅ ਬਤੌਰ ਡਾਕਟਰ ਤੁਹਾਡੀਆਂ ਬਹੁਤ ਜ਼ਿੰਮੇਵਾਰੀਆਂ ਹੋਣਗੀਆਂ ਤੁਸੀਂ ਨਿਮਾਉਂਦੇ ਵੀ ਪਏ ਹੋਗੇ ਬਤੌਰ ਮਾਪੇ ਵੀ ਤੁਹਾਡੀਆਂ ਬਹੁਤ ਜ਼ਿੰਮੇਵਾਰੀਆਂ ਵੀ ਤੁਹਾਨੂੰ ਨਿਭਾਉਣੀਆਂ ਪੈਰੀਆਂ ਤੁਸੀਂ ਆਪਣੇ ਬੱਚਿਆਂ ਬਾਰੇ ਦੱਸਿਓ ਬਤੌਰ ਇਨਸਾਨ ਟੁੱਟ ਜਾਂਦਾ ਜਦੋਂ ਇਹਨਾਂ ਪਿੰਡਾਂ ਵੇ ਜਾਂਦਾ ਜਿੱਥੇ ਤੁਸੀਂ ਜਾ ਕੇ ਜਿਹੜੀਆਂ ਤੁਸੀਂ ਚੀਜ਼ਾਂ ਸਾਡੇ ਸਾਹਮਣੇ ਰੱਖੀਆਂ ਰੋਣਾ ਹੁੰਦਾ ਹੁਣ ਵੀ ਤਾਂ ਇੱਕ ਹਾਸੇ ਥੋੜੀ ਰਹਿਣ ਰੋਕੇ ਮਸਲੇ ਦਾ ਹੱਲ ਹੋ ਜਾ। ਨਹੀਂ। ਅਗਲ ਅੱਗ ਹੈ। ਉਹ ਲੋਕਾਂ 'ਚ ਅੱਗ ਹੈਗੀ ਆ। ਪਰ ਸਾਨੂੰ ਸਾਨੂੰ ਬੜਾ ਪਰਖੋ ਨਾ ਤੁਸੀਂ। ਇਹ ਵੱਖਰੇ-ਵੱਖਰੇ ਤਰੀਕਿਆਂ ਨਾਲ ਤੁਸੀਂ ਕਦੇ ਐਨਜੀਓ ਭੇਜਦੇ ਹੋ ਕਦੇ ਕੁਝ ਕਰਦੇ ਹੋ। ਰਾਈਟ? ਇਹ ਸਾਰਾ ਕੁਝ ਕਰਕੇ ਸਾਨੂੰ ਪਰਖ ਅਸੀਂ ਹੁਣ ਹਰ ਇੱਕ ਬੰਦਾ ਇੰਨਾ ਤੇਜ਼ ਹੋ ਗਿਆ। ਕੋ ਸਮੈਲ ਕਰ ਲੈਂਦਾ ਤੁਹਾਡੀ ਗੱਲ ਤੋਂ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਤੁਸੀਂ ਮੇਰੇ ਮੂੰਹ 'ਚ ਸਮੈਲ ਆ ਰਹੀ ਹੈ ਕਿ ਕਿਸ ਕਿਸ ਟੌਪਿਕ ਤੇ ਗੱਲ ਕਰ ਰਿਹਾ। ਹੁਣ ਜੱਜਮੈਂਟ ਜ਼ਿਆਦਾ ਕਲਕੀ ਰਹਾ। ਬੜੀ دیر ਨਾ ਪਰਖੋ ਇਹਨਾਂ ਲੋਕਾਂ ਨੂੰ। ਇਨਾਂ ਦੇ ਸਬਰ ਟੁੱਟੇ ਪਏ ਆ। ਲਾਸ਼ਾਂ ਦੇ ਭਾਰ ਟੋਕ ਟੋ ਕੇ ਅਸੀਂ ਟੁੱਟ ਚੁੱਕੇ ਆ। ਰਾਈਟ। ਹੋਰ ਸਪੈਂਡ ਜਿਵੇਂ ਇੱਕ ਇੱਕ ਰਿਹੜੀ ਚ ਇੱਕ ਹੋਰ ਗੱਲ ਦੱਸਾਂ। 20 ਸਾਲ ਦੇ ਮੁੰਡੇ ਦੀ ਡੈਥ ਹੋਈ। ਪਹਿਲਾਂ ਪਿਓ ਦੀ ਡੈਥ ਹੋਈ, ਲੀਵਰ ਫੇਲਿਅਰ ਨਾਲ। ਲੀਵਰ ਦੇ ਪ੍ਰੋਬਲਮ ਨਾਲ। 20 ਸਾਲ ਦੇ ਮੁੰਡੇ ਦੀ ਡੈਥ ਹੋਈ ਹਾਰਟ ਅਟੈਕ ਨਾਲ। 1 ਸਾਲ ਬਾਅਦ ਮਾਂ ਦੀ ਡੈਥ ਹੋ ਗਈ। ਪੂਰਾ ਘਰ ਦੇ ਤਾਲਾ ਲੱਗਿਆ। ਕਿੰਨੇ ਘਰ ਇਹੋ ਜਿਹੇ ਸੈਂਕੜੇ ਪਿੰਡਾਂ ਵਿੱਚ 70 ਵਿਸ਼ੇ ਹੋਏ। ਪਰ ਬਾਜ ਵਰਗ ਯੱਕ ਚਾਹੀਦੀ ਆਇਨੇ ਹਲੋ ਹਲੋ ਕਰਕੇ ਜਾਓ ਸਾਡੇ ਨਾਲ ਦਿਖਾਓ ਜੀ ਦਿਖਾਓ ਜੀ ਮੇਰੇ ਨਾਲ ਰਹਿਣਾ ਕਿਸੇ ਨੇ ਜਿੰਨੇ ਵੀ ਸਕਾਲਰਸ ਆਣ ਮੈਂ ਜੈਨੇਟਿਸ਼ਨਸ ਨੂੰ ਵੀ ਕਹਿਣਾ ਕਿ ਵਾਲ ਚਿੱਟੇ ਹੋ ਰਹੇ ਜਿਹੜੇ ਬੱਚਿਆਂ ਦੇ 13 13 ਸਾਲ ਦੇ ਬੱਚਿਆਂ ਵਾਲ ਚਿੱਟੇ ਹੋ ਰਹੇ ਆ ਇਹ ਥੋੜਾ ਕੀਤਾ ਹੈ ਤੁਸੀਂ ਪਛਾਣੋ ਜਲਦੀ ਜਾ ਕੇ ਇਹ ਜੈਨੇਟਿਕ ਮਿਊਟੇਸ਼ਨਾਂ ਹੋ ਰਹੀਆਂ ਉਧਰ ਇਹ ਜੈਨੇਟਿਕ ਡਿਫੈਕਟ ਨਹੀਂ ਹੈਗੇ ਠੀਕ ਹੈ ਮੈਂ ਸਕਾਲਰਸ ਨੂੰ ਵੀ ਕਹਿ ਰਿਹਾ ਹਾਂ ਤੁਸੀਂ ਉਹਨਾਂ ਖੇਤਿਆਂ ਜਾਓ ਜਿਹੜੇ ਬੱਚੇ ਉਹ ਵੱਡੇ ਹੋ ਜਾਣਗੇ ਜਦੋਂ ਜੇ ਵੱਡੇ ਹੋਏ ਉਹਨਾਂ ਦੀ ਜ਼ਿੰਦਗੀ ਰਹੀ ਉਹਨਾਂ ਨੇ ਆਪਦਾ ਘਰ ਵੀ ਬਸੋਣਾ ਅੱਗੋਂ ਉਹਨਾਂ ਦੀ ਜਿਹੜੀ ਪੀੜ੍ਹੀ ਆਊਗੀ ਉਹ ਕਿਹੋ ਜਿਹੀ ਹੋਊਗੀ ਜਨਾਬ ਡਰ ਆਉਂਦਾ ਸਾਨੂੰ ਤੁਸੀਂ ਕਿਸ ਕਿਸ ਵਿਆਹ ਵਾਲੀ ਗੱਲ ਕਰਦੇ ਹੋ ਮੈਂ ਮੈਂ ਗਲਤ ਸਵਾਲ ਕਰ ਲਿਆ ਤੁਸੀਂ ਕਿਹੜੇ ਪਾਸੇ ਚੱਲ ਪਏ ਉਹ ਕਿਹੜੇ ਵਿਆਹਾਂ 'ਚ ਚੱਲ ਪਏ ਤੁਸੀਂ ਸੋਚੋ ਵੀ 40 ਬੱਚੇ ਜਿਨ੍ਹਾਂ ਨੂੰ ਡਿਸੇਬਲ ਇਸ ਤਰ੍ਹਾਂ ਹੋਣਗੇ ਟ੍ਰੇਫਰ ਦੇ ਹੋਣਗੇ ਉਹ ਕਿੱਥੇ ਰਹਿਣਗੇ ਫਿਰ ਉਹਨਾਂ ਵਾਸਤੇ ਬਹੁਤ ਸਾਰੀਆਂ ਐਨ ਜੀਓਜ਼ ਆਉਣੀਆਂ ਜਿਹੜਾ ਆਵਦਾ ਧੰਦਾ ਵਿਚ ਚਲਾਉਣੀ ਆ ਸਾਰਾ ਕੁਝ ਕਰਨੀ ਆ orphans house ਚਲਾਉਣੀ ਆ ਵੱਡੇ ਵੱਡੇ orphans house ਬਣਨਗੇ ਉਹਨਾਂ ਨੂੰ ਉੱਥੇ ਰੀਹੈਬਿਲੀਟੇਟ ਕੀਤਾ ਜਾਊਗਾ ਇਹ ਸਰਕਾਰਾਂ ਤੋਂ ਸਰਕਾਰਾਂ ਆਪਦੀ ਜ਼ਿੰਮੇਵਾਰੀਆਂ ਤੋਂ ਭੱਜਣ ਵਾਸਤੇ ਇਸ ਤਰ੍ਹਾਂ ਦੇ ਬੰਦੇ ਪੈਦਾ ਕਰਦੇ ਨੇ ਠੀਕ ਹੈ ਇਹ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਤੇ ਬਹੁਤ ਵੱਡੇ ਇਲਜ਼ਾਮ ਲਾ ਰਹੇ ਹੋ ਤੁਸੀਂ ਇਲਜ਼ਾਮ ਨਹੀਂ ਇਹ ਰਿਐਲਿਟੀ ਆ ਜੋ ਆਸੀ ਕੰਮ ਸਰਕਾਰ ਨੇ ਕਰਨਾ ਉਹ ਮੈਂ ਕਰਕੇ ਦੇਵਾਂਗਾ ਇਹਦਾ ਮਤਲਬ ਮੈਂ ਵੀ ਚਲੜਾ ਫੀਲਾ ਆਉਂਦਾ ਸਾਰੀਆਂ ਇੰਜੂਟੀਆਂ ਨਹੀਂ ਇਦਾਂ ਹੁੰਦੀਆਂ almost ਉਹਨਾਂ ਨੂੰ ਸਰਕਾਰੀ ਕੁਰਸੀਆਂ ਚਾਹੀਦੀਆਂ ਸਰਕਾਰੀ ਐਨਜੀਓ ਮੀਨਸ ਐਂਟਰੀ ਆਰਗਨ ਨਾਲ ਮੈਂ ਇੱਕ ਟ੍ਰੂ ਕੋਸਟ ਮੂਵੀ ਬਣਾਈ ਸੀ ਹਾਂ ਤਾਂ ਉਦੋਂ ਮੈਂ ਇਹਨਾਂ ਨੂੰ ਸਵਾਲ ਪੁੱਛਿਆ ਸੀ ਕਿ ਵਟ ਬਟ ਮੀਨ ਆਫ ਐਨਜੀਓ ਇਨ ਇੰਡੀਆ ਆਈ ਸੈਟ ਨੋਨ ਗਰੰਟੀ ਆਰਗੇਨਾਈਜੇਸ਼ਨ ਜੇ 70% ਇਸ ਤਰ੍ਹਾਂ ਨੇ 30% ਦੀ ਆਪ ਦੀ ਮਾਨ ਦੇ ਨਾਲ ਕੰਮ ਕਰ ਰਹੀਆਂ ਨੇ ਪਰ ਉਹਨਾਂ ਨੂੰ ਪਤਾ ਨਹੀਂ ਹੈ ਕਿ ਕਿਸ ਦੇ ਹੱਕ ਚ ਭੁੱਗਤ ਰਹੇ ਹਾਂ ਅਸੀਂ ਕਈ ਵਾਰੀ ਜਿਹੜੀਆਂ ਐਨਜੀਓ ਆਪਦੀ ਮੰਨਦੇ ਨੇ ਉਹ ਤੇ ਪੂਰਾ ਕੰਮ ਕਰ ਰਹੀਆਂ ਨੇ ਪਰ ਹੁਣ ਇਹ ਨਹੀਂ ਪਤਾ ਵੀ ਅਸੀਂ ਭੁਗਤਕੀ ਦੇ ਹੱਕ ਚ ਰਹੀਆਂ ਹਾਂ ਕਾਰਪੋਰੇਟ ਦੇ ਹੱਕ ਚ ਪੂਤ ਰਹੀਆਂ ਅਸੀਂ ਤੇ ਤੁਹਾਡੇ ਨਾਲ ਜਿਹੜੇ ਸਾਥੀ ਸੀਗੇ ਜਿਨ੍ਹਾਂ ਨਾਲ ਤੁਸੀਂ ਤੁਰੇ ਫਿਰਦੇ ਸੀ ਉਹਨਾਂ ਪਿੰਡਾਂ 'ਚ ਤੇ ਉਹਨਾਂ ਨੇ ਬਹੁਤ ਕੁਝ ਹਾਸਲ ਕਰ ਲਿਆ ਜਾਂ ਹਾਸਲ ਕਰਨ ਦੀ ਦੌੜ ਵਿੱਚ ਉਹਨਾਂ ਨੂੰ ਕੀ ਕਹੋਗੇ ਮੈਂ ਟਾਰਗੇਟ ਨਹੀਂ ਕਰਾਂਗਾ ਉਹਨਾਂ ਨੂੰ ਉਹਨਾਂ ਦੀ ਇੱਛਾ ਨਾਮ ਨਾਲ ਹੀ ਉਹਨਾਂ ਨੇ ਨਹੀਂ ਨਹੀਂ ਲੈਣ ਦੇ ਤੁਹੇ ਡਾਟਾ ਪ੍ਰਿੰਸੀਪਲ ਵਿਸ਼ਵਾਸ ਕਿੰਨੇ ਕਰੀਏ ਸਰਕਾਰਾਂ ਤੇ ਤੁਹਾਨੂੰ ਵਿਸ਼ਵਾਸ ਨਹੀਂ ਜਿਹੜੇ ਤੁਹਾਡੇ ਨਾਲ ਸਾਥੀ ਤੌਰ ਤੇ ਰਹੇ ਉਹਨਾਂ ਤੇ ਵਿਸ਼ਵਾਸ ਨਹੀਂ ਕਿੰਨੇ ਵਿਸ਼ਵਾਸ ਕਰੀਏ ਫਿਰ ਦੱਸੋ ਇਹ ਲੋਕਾਂ ਨੂੰ ਇੱਕ ਦਿਨ ਇੱਕ ਦਿਨ ਜਿੰਦ ਕਹਿੰਦਾ ਐਵੋਲੂਸ਼ਨ ਚ ਰੈਵੋਲੂਸ਼ਨ ਹੈ ਹਮ ਠੀਕ ਇਹ ਹੁਣ ਰੈਵੋਲੂਸ਼ਨ ਦੀ ਤਰਫ ਵੱਧ ਰਹੀ ਹੈ ਦੁਨੀਆ ਔਰ ਇੱਕ ਨਾ ਇੱਕ ਦਿਨ ਉਧਰ ਵਧਣਾ ਪੈਣਾ ਹੈ ਲੋਕਾਂ ਦੀ ਕਮੀ ਬਹੁਤ ਵੱਡੀ ਹੈ ਜਦੋਂ ਕਹਿੰਦੇ ਇਹ ਬਾਈ ਪ੍ਰਿੰਤਪਾਲ ਬਾਈ ਆ ਗਿਆ ਸਾਡਾ ਇਹ ਸਾਡਾ ਮੁੰਡਾ ਹੈ ਇਹ ਸਾਡੇ ਕਿਤੇ ਦੀ ਕੰਮ ਗੱਲ ਕਰ ਰਿਹਾ ਹੈਗਾ ਅੱਜ ਤੋਂ ਬਾਅਦ ਅਸੀਂ ਇਹਦਾ ਸਾਥ ਦੇਵਾਂਗੇ ਕਿਉਂਕਿ ਮੈਨੂੰ ਜਿੱਦਾਂ ਢੰਗ ਦਾ ਕੋਈ ਜੁਗਾੜ ਮਿਲ ਗਿਆ ਮੇਰੇ ਬੱਚਿਆਂ ਨੂੰ ਕਿਸੇ ਢੰਗ ਦੀ ਅਕੈਡਮੀ ਚ ਦਵਾਤਾ ਕੋਈ ਗੱਡੀ ਮਿਲ ਗਈ ਇੱਕ ਦਸ ਹੂ ਲੰਗੋੜ ਮਿਲ ਗਿਆ ਉਹ ਰਾਈਫਲਾਂ ਵਾਲੇ ਠੀਕ ਹੈ ਤਾਂ ਮੈਨੂੰ ਆਪਦੀ ਜ਼ਿੰਦਗੀ ਸੁਖਾਲੀ ਲੱਗਣ ਲੱਗ ਜੂਗੀ ਇੱਕ ਅਧੀ ਰਾਜ ਸਭਾ ਦੀ ਸੀਟ ਮਿਲ ਗਈ ਤਾਂ ਮੈਨੂੰ ਫਿਰ ਮੈਨੂੰ ਥੋੜੀ ਕੋਈ ਪਰਵਾਹ ਨਹੀਂ ਲੈਣੀ ਸਾਡੀ ਕਮਜ਼ੋਰੀਆਂ ਇਸ ਤਰ੍ਹਾਂ ਆਇਆ ਕਿ ਅਸੀਂ ਬੰਦੇ ਤੇ ਵਿਸ਼ਵਾਸ ਕਰਦੇ ਹਾਂ ਸਮੂਹ ਤੇ ਨਹੀਂ ਜੋ ਲੋਕ ਤੁਹਾਨੂੰ ਇਹ ਕਹਿਣ ਕਿ ਮੈਂ ਤੁਹਾਡੇ ਲਈ ਲੜ ਰਿਹਾ ਹਾਂ ਸਮਝੋ ਧੋਖੇਵਾਜ ਜੋ ਬੰਦੇ ਕਹਿਣ ਕਿ ਮੈਂ ਤੁਹਾਡੇ ਨਾਲ ਲੜ ਰਿਆਂ ਮੈਂ ਨਾਲ ਹੀ ਮਾਰਾਂਗਾ ਉੱਚੀ ਗਵੇਰਾ ਜਿਹੇ ਲੋਕ ਹੋਣਗੇ ਤੇ ਕਈ ਲੋਕ ਤਾਂ ਇਹ ਕਹਿੰਦੇ ਪਿਆ ਵੀ ਡਾਟਰ ਅਮਰ ਸਿੰਘ ਯਾਦ ਡਾਟ ਗਰਗ ਡਾਕਟਰ ਪ੍ਰਿਤਪਾਲ ਇਹ ਆਏ ਆ ਚਲੇ ਜਾਣਗੇ ਕੀ ਹੋ ਗਿਆ ਬਹੁਤ ਸਾਰੇ ਪੈਦਾ ਕਰਕੇ ਜਾਣਗੇ ਡਾਕਟਰ ਯਾਦ ਚਲੇ ਆ ਨਾ ਮੇਰਾ ਬਾਪ ਹੈ ਉਹ ਬਾਪ ਦੀ ਤਰ੍ਹਾਂ ਸੀ ਮੇਰੇ ਹਾਇ ਗਾਇ ਤੇ ساری ਉਮਰ ਉਸਨੇ ਪੰਜਾਬ ਲਈ ਕੰਮ ਕੀਤਾ ਅੱਜ ਮੈਂ ਦੱਸ ਨਹੀਂ ਸਕਦਾ ਕਿ ਇਸ ਕੰਡੀਸ਼ਨ ਚ ਪਿਆ ਹੈ ਮੇਰ ਤੋਂ ਕਹਿ ਲਾਉਣਾ ਉਸ ਵਾਰੀ ਹੀ ਇਸ ਔਨ ਡੈਥ ਬੈੱਡ ਐਂਡ ਬਿਕੋਜ਼ ਉਹ ਇਸ ਬੈੱਡ ਤੇ ਪਿਆ ਵੀ ਮੈਂ ਉਹਨੂੰ ਕਹਿਨਾ ਹੁਣ ਸ਼ਾਂਤ ਹੋ ਜਾ ਯਾਰ ਬਸ ਉਹ ਮੇਰੇ ਗੱਲ ਪੈ ਜਾਂਦਾ ਹੈ ਮੈਨੂੰ ਤੇਰੀ ਇਹੀ ਗੱਲ ਚੰਗੀ ਨਹੀਂ ਲੱਗਦੀ ਤੁਸੀਂ ਬੁਰਾਈ ਦੇ ਖਿਲਾਫ ਨਹੀਂ ਬੋਲਦੇ ਤੁਸੀਂ ਬੋਲਦੇ ਰਹੋ ਫਕੀਰਲੇ ਸਮੇਂ ਤੋਂ ਆਖਰੀ ਸਾਹ ਤੱਕ ਤੁਹਾਨੂੰ ਕੁੱਟਣਗੇ ਮਾਰਨਗੇ ਤੁਸੀਂ ਕੱਪੜੇ ਕੁਬੜੇ ਝਾੜ ਕੇ ਖੜੇ ਹੋ ਜਾਵੀਂ ਉਹ ਤਾਂ ਠੀਕ ਹੈ ਤੁਸੀਂ 5-7 ਬੰਦੇ ਸੀ ਕੁੱਟ ਤਾਂ ਲਿਆ ਮੈਨੂੰ ਤੁਸੀਂ ਉਹᱫੋ ਵੱਖਰੀ ਗੱਲ ਆ ਪਰ ਗੱਲ ਮੇਰੀ ਸਹੀ ਸੀ ਜੇ ਤੁਹਾਡੇ ਚ ਇਹ ਗੱਲ ਕਹਿਣ ਦੀ ਹਿੰਮਤ ਨਹੀਂ ਹੈਗੀ ਰਾਈਟ ਉਹਦੇ ਤੱਕ ਤੁਸੀਂ ਲੋਕ ਲੋਕਾਂ ਨਹੀਂ ਉਸੇ ਉਹ ਲੋਕ ਪਹਿਚਾਨ ਲੈਣਗੇ ਤੇ ਅੱਜ ਵੀ ਇਹ ਤੁਹਾਡੇ ਸਾਰੀਆਂ ਗੱਲਾਂ ਸੁਣ ਕੇ ਤੁਹਾਨੂੰ ਅੱਜ ਵੀ ਧਮਕੀਆਂ ਆ ਸਕਦੀਆਂ ਫਿਰ ਕੀ ਹੋ ਗਿਆ ਇੱਕੋ ਵਾਰੀ ਤੇ ਲਾਈਫ ਹੈ 40 ਸਾਲ ਚ ਕਿੰਨਾ ਕੁਝ ਸਾ ਹਾਸਿਲ ਕਰ ਲਿਆ ਡਰਨੇ ਲੱਗਦਾ ਪਰਚੇ ਹੋਏ ਨੇ ਤੁਹਾਡੇ ਤੇ ਕਿੰਨਾ ਤੋਂ ਇਹ ਪਰਚੇ ਪਰਚੇ ਇੰਝ ਤੇ ਨਿਕਲਿਆ ਕੀ ਹੋ ਜਾਏਗਾ ਇੱਥੇ ਕੁਝ ਨਹੀਂ ਹੈ ਜਿਆਦਾ ਜਿਆਦਾ ਸਾਡੇ ਸਿਰਫ ਡਿਫਾਲਟਰੀ ਹੋਣਾ ਸੀ ਹੋਰ ਕੁਝ ਨਹੀਂ ਹੋਣਾ ਜਾਣਾ ਸਾਡੇ ਪੱਲੇ ਕੱਖ ਨਹੀਂ ਨਾ ਅਸੀਂ ਆਪਦੇ ਲੈ ਕੇ ਆਏ ਸੀ ਨਾ ਸਾਡਾ ਹੈਗਾ ਜਾਂ ਹੈਗਾ ਬੈਂਕ ਦਾ ਇਟਸ ਓਕੇ ਗੋਨ ਅਸੀਂ ਬਿਲੋਂਗ ਐਂਡ ਬਿਲੋਂਗਿੰਗਸ ਤੋਂ ਵਿਫੀਰ ਨਹੀਂ ਕਰਦੇ ਹਾਂ ਬਿਲੋਂਗਿੰਗਸ ਤੋਂ ਮੇਰੇ ਤੋਂ ਮੇਰਾ ਬੇਟਾ ਬਿਲੋਂਗ ਨਹੀਂ ਕਰ ਰਿਹਾ ਉਹ ਇੰਡੀਪੈਂਡੈਂਟ ਹੈ ਉਹ ਆਪਣੀ ਲਾਈਫ ਲੈ ਕੇ ਆਇਆ ਹੈ ਤੇ ਮੈਂ ਕਿਸੇ ਨਾਲ ਬਿਲੋਂਗ ਨਹੀਂ ਕਰ ਰਿਹਾ ਆਈ ਐਮ ਅਲੋਨ ਮੈਂ ਇਸ ਨੇਚਰ ਦੇ ਲਈ ਇਸ ਸੋਸਾਇਟੀ ਦੇ ਵਿੱਚ ਆਇਆ ਹਾਂ ਤਾਂ ਮੇਰਾ ਫਰਜ ਬਣਦਾ ਹੈ ਇਸ ਨੇਚਰ ਨੂੰ ਸੇਵ ਕਰਨਾ ਕਿ ਉਸ ਮਦਰ ਨੇਚਰ ਨੇ ਮੈਨੂੰ ਹੀ ਭੇਜਿਆ ਰਾਈਟ ਮੈਂ ਉਦੋਂ ਤੱਕ ਲੜਦਾ ਰਹਾਂਗਾ ਬਥੇਰਿਆ ਇਹ ਮਰ ਗਏ ਫਿਰ ਕੀ ਹੋ ਗਿਆ ਰਿਸ਼ਲ ਕਾਰਸ਼ਨ ਮਰ ਗਏ ਲੇਕਿਨ ਦੁਸ਼ਮਣਾਂ ਨੂੰ ਉਹ ਸੁਪਨਿਆਂ ਚ ਅੱਜ ਵੀ ਡਰਾਉਂਦੀ ਹੈ ਉਹ ਗੇ ਖੜੀ ਹੋ ਜਾਂਦੀ ਏ ਉਹ ਦੇਵੀ ਬਣ ਕੇ ਉਹਨਾਂ ਦੇ ਤੁਹਾਨੂੰ ਸਵਾਲ ਇਹ ਚੁਪਦੇ ਆ ਜੋ ਤੁਹਾਨੂੰ ਕੋਈ ਪੁੱਛਦਾ ਵੀ ਤੁਸੀਂ ਫੰਡਸ ਇਕੱਠੇ ਕਰਨੇ ਆ ਜਾਂ ਤੁਸੀਂ ਇਹਨਾਂ ਕੰਪਨੀਆਂ ਦਾ ਨਾਮ ਪਰਬਾਦ ਕਰਨਾ ਇਸ ਲਈ ਤੁਸੀਂ ਮੁੱਦੇ ਚੁਕਦੇ ਹੋ ਬਾਇਰ ਕੰਪਨੀ ਚਲੋ ਬਾਹਰ ਚ ਰਹਿ ਨਾ ਜਾਵਾਂ ਮੈਂ ਉਸ ਗਲਤੇ ਥੋੜੇ ਜਵਾਬ ਦੇਵਾਂਗਾ ਮੈਂ ਬਾਇਰ ਕੰਪਨੀ ਹੂੰ ਪੈਸੀ ਸਾਈਡ ਵੀ ਬਣਾਉਂਦੀ ਐ ਪੈਸੀ ਸਾਈਡ ਫਰਟੀਲਾਈਜ਼ਰ ਵੀ ਬਣਾਉਂ ਉਹ ਸੌਰੀ ਸੀਡਸ ਵੀ ਤੇ ਬਣਦੀ ਐ ਤੋਂ ਕੈਂਸਰ ਦੀ ਦਵਾਈਆਂ ਵੀ ਬਣਾਉਂਦੀ ਐ ਤੇ ਉਹ ਹੈਲਥ ਦੀਆਂ ਸਾਰੀਆਂ ਦਵਾਈਆਂ ਬਾਇਰ ਕੰਪਨੀ ਉਹ ਵੀ ਬਣਾਉਂਦੀ ਐ ਕਿਹੜਾ ਸਿਸਟਮ ਐ ਯਾਰ ਵੀ ਜ਼ਹਿਰ ਵੀ ਤੁਸੀਂ ਬਣਾਓਂਗੇ ਤੇ ਉਹਦਾ ਬਿਮਾਰੀਆਂ ਵੀ ਪੈਦਾ ਤੁਸੀਂ ਕਰੋਗੇ ਇਲਾਜ ਵੀ ਤੁਸੀਂ ਕਰੋਗੇ ਔਰ ਸਾਡੇ ਵਿੱਚ ਵੱਡਾ ਖੱਪਾ ਪਤਾ ਕੀ ਐ ਇਹਦੇ ਚ ਤੇਰੇ ਤੇ ਮੇਰੇ ਦੇ ਵਿੱਚ ਹੈਲਥ ਵਾਲਾ ਡਾਕਟਰ ਜਿਹੜਾ ਹੈ ਉਹ ਪੈਸੀ ਸਾਡੇ ਫਰਟੀਲਾਈਜ਼ਰ ਵਾਲੇ ਨਹੀਂ ਜਾਣ ਰਿਹਾ ਜਿਹੜਾ ਐਗਰੀਕਲਚਰ ਜਿਹਨੇ ਬੀਐਸਸੀ ਕਰ ਲਈ ਉਹਨੂੰ ਹੈਲਥ ਵਾਲੇ ਏਬੀਸੀ ਨਹੀਂ ਪਤਾ ਸਰਕਾਰ ਨੂੰ ਦੋਹਾਂ ਵਾਲੇ ਨਹੀਂ ਪਤਾ ਇੱਥੇ ਹੈਲਥ ਐਂਡ ਐਜੂਕੇਸ਼ਨ ਐਂਡ এনवायरमेंट ਇੱਕ ਗਰੁੱਪ ਹੋਣਾ ਚਾਹੀਦਾ ਹਰ ਯੂਨੀਵਰਸਿਟੀ ਚ ਹਰ ਕਾਲਜ ਜਿੱਥੇ ਸਾਰੇ ਇੱਕ ਇੱਕ ਥੜਕੇ ਬਹਿ ਕੇ ਸੋਚਣ ਤਾਂ ਜਾ ਕੇ ਪੰਜਾਬ ਸੰਕਟ ਚੋਂ ਨਿਕਲੂਗਾ ਇੱਕ ਆਖਰੀ ਸਵਾਲ ਜੀ ਸਵਾਲ ਨਹੀਂ ਹੈ ਮੈਂ ਚੋਣਾ ਉਹਨਾਂ ਮਾਪਿਆਂ ਦਾ ਉਹਨਾਂ ਬੱਚਿਆਂ ਦਾ ਅ ਜਿਹੜਾ ਦਰਦ ਤੁਸੀਂ ਦੱਸ ਦੱਸਿਆ ਹੁਣ ਤੱਕ ਕੋਈ ਸਰਕਾਰ ਤੱਕ ਸੁਨੇਹਾ ਜਿੰਨੇ ਨਾਲ ਸਰਕਾਰ ਥੋੜੀ ਜਾਗੇ ਘਟੋ ਘਟ ਕੋਈ ਤੁਸੀਂ ਉਹ ਗੱਲ ਦੱਸ ਸਕਦੇ ਹੋ ਸਾਨੂੰ ਘਟੋ ਘਟ ਹਾਂ ਮਾਨ ਸਾਹਿਬ ਕਟੋ ਕਟ ਜਦੋਂ ਆਪਾਂ ਉੱਥੇ ਪਿੰਡਾਂ ਵਿੱਚ ਆਪਾਂ ਆਈਡੀਆ ਲਾਉਂਦੇ ਸੀ ਘਟੋ ਘਟ ਇੱਕ ਬੱਚਾ ਜੇ ਡਿਸੇਬਲ ਹੋ ਜਾਂਦਾ ਤੇ ਉਹਦੇ ਪਰਿਵਾਰ ਨੂੰ 50 ਤੋਂ 60000 ਰੁਪਏ ਦੀ ਅੱਜ ਹੀ ਮਦਦ ਹੈ ਲੋੜ ਹੈ ਕਿਉਂਕਿ ਉਹਦੇ ਕੋਲੇ ਕੋਈ ਵੀ ਰੀਹੈਬਿਲਿਟੇਸ਼ਨ ਸੈਂਟਰ ਨਹੀਂ ਹੈ ਤੁਹਾਡਾ ਪ੍ਰਾਈਵੇਟ ਜਿਹੜੇ ਬਾਹਰੋਂ ਹੁਣ ਬਾਹਰੋਂ ਲਿਆਉਣੇ ਪੈ ਰਹੇ ਆ ਤੇ ਪ੍ਰਾਈਵੇਟ ਸੈਂਟਰਾਂ ਨੇ ਖੋਲੇ ਆ ਕਲਕੱਤੇ ਤੋਂ ਓਡੀਸਾ ਤੋਂ ਇੱਥੋਂ ਆਉਂਦੇ ਆ ਅੱਠ ਮਰੀਜ਼ ਦੇਖਦੇ ਆ ਲੱਖ ਲੱਖ ਰੁਪਏ ਸੈ ਲੈ ਰਹੇ ਆ ਉਹਨਾਂ ਦੀ ਰਾਈਟ ਤੇ ਉਹ ਸੈਂਟਰ ਆਪ ਉਹਨਾਂ ਦੇ ਹੱਥ ਖੜੇ ਹੋ ਰਿਹਾ ਸਾਰੇ ਪ੍ਰਾਈਵੇਟ ਸੈਂਟਰਾਂ ਦੇ ਹੱਥ ਖੜੇ ਹੋ ਰਿਹਾ ਉਹ ਵੀ ਇਹਨਾਂ ਨੂੰ ਵੀਰ ਨਹੀਂ ਹੋ ਰਿਹਾ ਕਿਉਂਕਿ ਲੋਕਾਂ ਦੀ ਪੈਣ ਕੈਪੈਸਿਟੀ ਨਹੀਂ ਹੈ ਇਲਾਜ ਕਰਨ ਨਾਲ ਕਹਿੰਦੇ ਨੇ ਪੈਸੇ ਇੰਨੇ ਲੈਣੇ ਹੈ ਘੱਟੋ ਘੱਟ 50 ਤੋਂ 60000 ਰੁਪਿਆ ਉਹਨਾਂ ਨੂੰ ਕੰਪਨਸੇਸ਼ਨ ਚਾ ਤੋ ਗੋਰੀਆ ਨੇ ਆਪਣੇ ਜੇ ਕਿਸੇ ਗੋਰੇ ਦਾ ਬੱਚਾ ਉੱਥੇ ਆਪਣੇ ਐਨ ਆਰ ਆਈ ਵੀ ਹੈਗੇ ਆ ਉਹਨਾਂ ਦਾ ਅਗਰ ਬੱਚਾ ਡਿਸੇਬਲ ਹੋ ਜੇ ਤਾਂ ਉਹਨਾਂ ਨੂੰ ਕਵਰਡਿਕਟ 20 ਤੋਂ 30000 ਡਾਲਰ ਪਰ ਪਰイヤー ਉਹਨਾਂ ਨੂੰ ਕੰਪਨਸੇਸ਼ਨ ਮਿਲਦੀ ਹੈ ਪੈਰੈਂਟਸ ਨੂੰ ਤਾਂ ਇੱਕ ਮਾਂ ਇੱਕ ਮਾਂ ਬਾਪ ਨੂੰ ਘਰੇ ਬੈਠੇ ਉਹਨੂੰ ਪਤਾ ਮਿਲਦਾ ਉਸ ਨੂੰ ਟੇਕ ਕੇਅਰ ਕਰਨ ਦਾ 1500 ਰੁਪਏ ਤੁਸੀਂ ਉਹਨੂੰ ਪੈਨਸ਼ਨ ਦੇਣੀ ਹੈ ਤੇ ਉਹ ਚ ਹਜ਼ਾਰਾਂ ਕੰਡੀਸ਼ਨਲ ਆਈਆਂ ਹੋਈਆਂ ਤੁਸੀਂ ਉਹਨੂੰ ਕਹੇ ਤਾਂ ਵੀ 50% ਤੋਂ ਉੱਪਰ ਜਿਹੜਾ ਹੋਊਗਾ ਉਸ ਨੂੰ ਤੁਸੀਂ ਪੈਨਸ਼ਨ ਦਿਓਗੇ 48 ਵਾਲੇ 48% ਵਾਲੇ ਵਾਸਤੇ ਤੁਹਾਡੇ ਕੋਲ ਹੈਗਾ ਇੰਤਜ਼ਾਮ ਕੋਈ ਟਾਇਟ ਵਗੈਰਾ ਹੁੰਦੇ ਤੁਹਾਡੇ ਨਾਲ ਵਾਸਤੇ ਕੋਈ ਨੌਕਰੀਆਂ ਦੇ ਇਗਜ਼ਾਮ ਵਗੈਰਾ ਕੰਪੀਟੀਸ਼ਨ ਚ ਕਰਦੇ ਆ ਕੋਈ ਉਹਨਾਂ ਰੀਹੈਬਿਲੀਟੇਸ਼ਨ ਹੈਗਾ ਤੁਹਾਡੇ ਕੋਲੇ 48 ਵਾਲੇ ਵਾਸਤੇ ਇਹ ਕਿਹੜਾ ਕਰਾਈਟੇਰੀਆ ਹੋਇਆ ਉਹ ਜਿਹੜਾ ਡਿਸੇਬਲ ਹੈ ਯਾਰ ਉਹ ਜਿਹੜਾ 30% ਵੀ ਵਿਚਾਰਾ ਮੰਦਬੁਦੀ ਹੈਗਾ ਉਹਨੂੰ ਤੁਸੀਂ ਮਾਰ ਰਹੇ ਹੋ ਔਰ ਹਾਲਤ ਉਹਨਾਂ ਦੀ ਕੀ ਹੁੰਦੀ ਹੈ ਬਜ਼ੁਰਗ ਉਹਨਾਂ ਦੇ ਮਾਪੇ ਬਜ਼ੁਰਗ ਹੋ ਜਾਂਦੇ ਐ ਟੌਂਦੇ ਟੌਂਦੇ ਉਹਨਾਂ ਨੂੰ ਔਰ ਉਹ ਚਲੇ ਜਾਂਦੇ ਆ ਔਰ ਉਹ ਬਾਅਦ ਚੋ ਗਲੀਆਂ ਚ ਘੁੰਮਦੇ ਰਹਿੰਦੇ ਆ ਕੋਈ ਉਹ ਨੂੰ Goa ਫੜਾ ਹੁੰਦਾ ਕੋਈ ਉਹਨਾਂ ਨੂੰ ਕੁਝ ਫੜਾ ਹੁੰਦਾ ਕੋਈ ਕੁਝ ਫੜਾ ਹੁੰਦਾ ਮਾਵਾਂ ਇਸੇ ਦੁੱਖ ਤੋਂ ਰੋਂਦੀਆਂ ਨੇ ਕਿ ਮੇਰੇ ਤੋਂ ਬਾਅਦ ਮੇਰੇ ਬੱਚੇ ਨੂੰ ਤੁਸੀਂ ਤਾਂ ਕਹਤਾ ਅੱਜ ਤੁਸੀਂ ਮੈਂ ਮੰਦਬੁੱਧੀ ਸ਼ਬਦ ਮੇਰੇ ਤੋਂ ਨਹੀਂ ਨਿਕਲਦਾ ਮੈਂ ਅੱਜ ਤੁਹਾਨੂੰ ਕਹਿਣਾ ਪਿਆ ਕਿ ਆਮ ਲੋਕ ਨਹੀਂ ਸਮਝਦੇ ਤੁਹਾਨੂੰ ਪਤਾ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲड्रन ਅੰਗਰੇਜ਼ੀ ਚ ਨਾਮ ਆਇਆ ਸੀ ਹਰ 2000 ਇਹ ਤਿੰਨ ਆਇਆ ਸੀ ਉਦੋਂ ਸਪੈਸ਼ਲ ਚਿਲड्रन ਦਾ ਨਾਮ ਨਹੀਂ ਜਾਣਦਾ ਸੀ ਕੋਈ ਮੈਨੂੰ ਇਸ ਤੋਂ ਵਧੀਆ ਮੈਨੂੰ ਲੱਗਦਾ ਸੀ ਕਿ ਇਹਨੂੰ ਸਪੈਸ਼ਲ ਚਾਈਲਡ ਹੀ ਕਹਾਂ ਮੈਂ ਇਸ ਨੂੰ ਉਹ ਠੀਕ ਹੈ ਅੰਗਰੇਜ਼ੀ ਦਾ ਅੰਗਰੇਜ਼ੀ ਪੰਜਾਬੀ ਵਾਲੇ ਕਨਸੈਪਟਸ ਮੈਂ ਹਜੇ ਨਹੀਂ ਪੜਨਾ ਚਾਹੁੰਦਾ। ਕਿ ਐਸ ਬੱਚੇ ਨੂੰ ਸਪੈਸ਼ਲ ਚਾਈਲਡ ਹੀ ਕਿਹਾ ਜਾਵੇ ਇਸਨੂੰ ਜਦੋਂ ਮੰਦਬੁੱਧੀ ਵੀ ਕਹਿੰਨੇ ਹੋ ਨਾ ਕਿਸੇ ਨੂੰ ਤੁਸੀਂ ਤੇਰਾ ਬੱਚਾ ਮੰਦਬੁੱਧੀ ਆ ਬਈ ਤੀਰ ਦੀ ਤਰ੍ਹਾਂ ਵਜਦਾ ਅੰਦਰ ਮਾਪੇ ਦੇ ਕਦੇ ਵੀ ਤੁਸੀਂ ਐਂਕਰਿੰਗ ਕਰਦੇ ਵਾਰੇ ਮੰਦਬੁੱਧੀ ਸ਼ਬਦ ਨਾ ਵਰਤਿਓ। ਉਹ ਤੀਰ ਦੀ ਤਰ੍ਹਾਂ ਵਜਦਾ ਮਾਪਿਆਂ ਦੇ ਬੱਚੇ ਮੈਂਟਲ ਸਭ ਕੁਝ ਇਹ ਵਰਡਸ ਬਹੁਤ ਖਤਰਨਾਕ ਨੇ। ਇਸ ਲਈ ਉਹਨਾਂ ਦੇ ਉੱਤੇ ਐਕਟੀਵਿਜ਼ਮ ਕਰਨਾ ਆਸਾਨ ਹੈ। हां ए चैलेंज है तेरे ਤੁਹਾਡੇ ਸਟੂਡੀਓ ਚ ਮੈਨੂੰ ਅਗਰ ਗਵਰਨਮੈਂਟ ਕਹਿੰਦੀ ਹੈ ਕਿ ਤੂੰ ਇਹ ਸੈਂਟਰ ਛੱਡ ਦੇ ਮੈਂ ਰਿਹਾਡ ਹੀ ਲਾਉਣ ਨੂੰ ਵੀ ਤਿਆਰ ਹਾਂ ਪਰ ਇਹਨਾਂ ਦਾ ਰੀਹੈਬਿਲੀਟੇਸ਼ਨ ਸੈਂਟਰ ਖੋਲ ਤੋ ਬਹੁਤ ਅਨਮੋਲ ਟ੍ਰਿਪਲ ਸ਼ੁਕਰੀ ਮੇਰੇ ਕੋ ਸ਼ਬਦ ਨਹੀਂ ਹੈਗੇ ਮੈਂ ਕਿੰਨਾ ਅਲਫ਼ਾਜ਼ ਨਾਲ ਤੁਹਾਡਾ ਧੰਨਵਾਦ ਕਰਾਂ ਬਹੁਤ ਸ਼ੁਕਰੀਆ ਸਾਡੀ ਗੱਲ ਇੱਕ ਪਿੰਡਾਂ ਦੀ ਗੱਲ ਤੁਸੀਂ ਚੰਡੀਗੜ੍ਹ ਤੱਕ ਲੈ ਕੇ ਹੋਏ ਹੋ ਹੋ ਸਕਦਾ ਹੈ ਲੋਕਾਂ ਤੱਕ ਲੈ ਕੇ ਚਲੋ ਅ ਇਸ ਗੱਲਬਾਤ ਨੇ ਮੈਨੂੰ ਬਹੁਤ ਸਾਰਾ ਦਰਦ ਦਿੱਤਾ ਪਰ ਇਸ ਦਰਦ ਦੇ ਉੱਤੇ ਇਹਨਾਂ ਜ਼ਖਮਾਂ ਦੇ ਉੱਤੇ ਮਲਮ ਲਾਉਣਾ ਕਮ ਸਰਕਾਰ ਦਾ ਤੇ ਜੇ ਸਰਕਾਰ ਡਟ ਪ੍ਰੇਤਪਾਲ ਹਰਦੀ ਗੱਲ ਸੁਣ ਕੇ ਉਹਨਾਂ ਬੱਚਿਆਂ ਦੀ ਉਹਨਾਂ ਮਾਪਿਆਂ ਦੀ ਮਾਂ ਫੜ ਲੁਕੀ ਤਾਂ ਸਰਕਾਰ ਦੇ ਸੋਲੇ ਲੋਕ ਆਪੇ ਗਉਣਗੇ ਇਸ਼ਤਿਹਾਰ ਦੀ ਲੋੜ ਨਹੀਂ ਪੈਣੀ ਬਹੁਤ